ਇਹ ਜਦੋਂ ਪਾਰਟੀਸ਼ਨ ਹੋਈ ਹੈ ਉਸ ਟਾਈਮ ਤੇ ਇਹ ਮੇਰੇ ਦਾਦਾ ਜੀ ਹਰੀ ਵੀ ਇਹਨਾਂ ਦੇ ਵਾਲ ਸਾਹਿਬ ਵੀ ਇਹ ਉੱਧਰ ਜੁੜ ਗਏ ਇੰਡੀਆ। ਮਾਣਾ ਸਿੰਘ ਦਾ ਪੁੱਤਰ ਸੀ ਦੁੱਲਾ ਸਿੰਘ ਤੇ ਦੁੱਲਾ ਸਿੰਘ ਦੇ ਅਗਾਂਹ ਪੁੱਤਰ ਹੋ ਤੁਸੀਂ ਮੁਹੰਮਦ ਲੱਖਾ ਔਜਲਾ। ਤੁਹਾਡੇ ਜਿਹੜੇ ਵਾਲਦ ਸਾਹਿਬ ਸੀ ਦੁੱਲਾ ਸਿੰਘ ਜਿਨ੍ਹਾਂ ਨੇ ਬਾਅਦ ਚ ਆ ਕੇ ਇੱਥੇ ਨਾਮ ਮੁਹੰਮਦ ਅਬਦੁੱਲਾ ਰੱਖਿਆ, ਉਹਨਾਂ ਦੀ ਇੱਕ ਸ਼ਾਦੀ ਪਿੱਛੇ ਵੀ ਸੀ ਉੱਥੇ? ਪਿੱਛੇ ਵੀ ਹੈ। ਉੱਥੇ ਤੁਹਾਡੇ ਭਰਾ? ਉੱਥੇ ਸਾਡੇ ਭਰਾ, ਸਾਡੀਆਂ ਉਹਦੇ ਪੈਰਾਂ। ਰਿਸ਼ਤਾ ਸੀ ਉਹਨਾਂ ਨਾਲ, ਅਸੀਂ ਹੁਣ ਵੀ ਇਹ ਚਾਹਣਿਆ ਵੀ ਸਾਡੇ ਅਗਰ ਗੌਰਮੈਂਟ ਦਾ ਕੋਈ ਸਿਸਟਮ ਠੀਕ ਹੋਵੇ, ਸਾਡੇ ਵੀਜ਼ੇ ਲੱਗਣ ਤੇ ਅਸੀਂ ਉਧਰ ਜਾ ਕੇ ਉਹਨਾਂ ਨੂੰ ਮਿਲੀਏ। ਆ ਪਰਮਾ ਕਿਥਾ ਗਏ ਕਿਰਾ ਮੈਨੂੰ ਆਣ ਕੇ ਮਿਲੋ ਤਾਂ ਸਹੀ, ਇੱਕ ਵਾਰੀ ਮਿਲੋ ਤਾਂ ਸਹੀ। ਆ ਮਿਲੀਏ ਭਰਾ ਭਰਾ, ਆਉਂਦੇ ਜਾਂਦੇ ਰਹਾਂਗੇ, ਆਉਂਦੇ ਜਾਂਦੇ ਰਹਾਂਗੇ। ਦੇਸ ਮਿਲੇ ਬਾਦਸ਼ਾਹੀ ਚ ਦਿਲ ਵਸਣਾ ਨੂੰ ਤਾਂਗੇ, ਹਾਏ ਮਿਲੋ ਮੈਨੂੰ ਮੇਰੇ ਕੋਲ ਆਵਿਆ ਜਾਵਿਆ ਕਰੋ, ਮੈਂ ਵੀ ਆਵਾਂ ਜਾਵਾਂਗਾ। ਜੇ ਖੁਦਾ ਦਾ ਹੁਕਮ ਹੋਣਾ ਸੀ ਅੱਲਾ ਦਾ ਹੋ ਗਿਆ, ਹੋਰ ਕੋਈ ਪਤਾ ਸੀ ਵੀ ਅਸਾਂ ਨਿਖੜਨਾ ਹੈ। ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ। 1947 ਦੀ ਵੰਡ ਦੇ ਵੇਲੇ ਮੁਲਕ ਦੇ ਨਾਲ ਨਾਲ ਕੁਝ ਪਰਿਵਾਰ, ਕੁਝ ਖਾਨਦਾਨ ਵੀ ਵੰਡੇ ਗਏ ਸੀ। ਉਹਨਾਂ ਉਜਾੜਿਆਂ ਅਤੇ ਦੇਸ਼ ਨਿਕਾਲਿਆਂ ਦੇ ਵਿੱਚ ਰਾਵੀ ਦੇ ਕੰਢੇ 'ਤੇ ਆਬਾਦ ਪਿੰਡ ਔਜਲਾ ਕਲਾਂ, ਤਹਿਸੀਲ ਚੂਣੀਆਂ ਦੇ ਜੱਟ ਔਜਲਾ ਬਰਾਦਰੀ ਦੇ ਸਿੱਖ, ਹਿੰਦੁਸਤਾਨ ਦੇ ਜ਼ਿਲ੍ਹਾ ਫਿਰੋਜ਼ਪੁਰ ਜਾ ਆਬਾਦ ਹੋਏ ਸਨ। ਪਰ ਫਿਰ 8 ਮਹੀਨਿਆਂ ਤੋਂ ਬਾਅਦ ਦੁੱਲਾ ਸਿੰਘ ਅਤੇ ਉਹਨਾਂ ਦਾ ਭਤੀਜਾ ਸ਼ੇਰ ਸਿੰਘ ਵਾਪਸ ਆਪਣੇ ਪਿੰਡ ਔਜਲਾ ਕਲਾਂ ਆ ਗਏ। ਇਹ ਪਿੰਡ ਅੱਜ ਕੱਲ੍ਹ ਤਹਿਸੀਲ ਪੱਤੋਕੀ, ਜ਼ਿਲ੍ਹਾ ਕਸੂਰ ਵਿੱਚ ਆਉਂਦਾ ਹੈ। ਸ਼ੇਰ ਸਿੰਘ ਹੋਰਾਂ ਨੇ ਥੋੜ੍ਹੇ ਚਿਰ ਤੋਂ ਬਾਅਦ ਆਪਣੀ ਘਰਵਾਲੀ ਅਤੇ ਬਾਲਾਂ ਨੂੰ ਵੀ ਕੋਲ ਸੱਦ ਲਿਆ ਅਤੇ ਆਪਣਾ ਨਾਂ ਸ਼ੇਰ ਮੁਹੰਮਦ ਰੱਖ ਲਿਆ। ਇਸੇ ਤਰ੍ਹਾਂ ਉਹਨਾਂ ਦੇ ਚਾਚਾ ਜੀ ਦੁੱਲਾ ਸਿੰਘ ਤੋਂ ਮੁਹੰਮਦ ਅਬਦੁੱਲਾ ਬਣ ਗਏ। ਇਹਨਾਂ ਦੋਨਾਂ ਦੇ ਬਾਕੀ ਭੈਣ ਭਰਾ ਹਿੰਦੁਸਤਾਨ ਵਿੱਚ ਹੀ ਆਬਾਦ ਰਹੇ। ਇਹ ਲੋਕ ਦੋ ਵੱਖੋ ਵੱਖ ਮੁਲਕਾਂ ਵਿੱਚ ਰਹਿੰਦਿਆਂ ਹੋਇਆਂ, ਦੋ ਅਲੱਗ ਅਲੱਗ ਦੀਨ ਧਰਮ ਨੂੰ ਮੰਨਣ ਦੇ ਬਾਵਜੂਦ ਇੱਕ ਦੂਜੇ ਨੂੰ ਮਿਲਣਾ ਚਾਹੁੰਦੇ ਨੇ, ਖੁਸ਼ੀ ਗਮੀ ਸਾਂਝੀ ਕਰਨਾ ਚਾਹੁੰਦੇ ਨੇ। 110 ਵਰਿਆਂ ਦਾ ਸ਼ੇਰ ਮੁਹੰਮਦ ਅੱਜ ਵੀ ਆਪਣੇ ਭਾਈਆਂ ਬਲਕਾਰ ਸਿੰਘ ਅਤੇ ਗੁਰਦਿਆਲ ਸਿੰਘ ਨੂੰ ਸੀਨੇ ਲਾਉਣਾ ਚਾਹੁੰਦਾ ਹੈ। ਆਸ ਕਰਦੇ ਹਾਂ ਕਿ ਤੁਸੀਂ ਪਹਿਲੀ ਸਾਰੀ ਕਹਾਣੀਆਂ ਤੋਂ ਵੱਖਰੀ ਇਹ ਕਹਾਣੀ ਸੱਜਣਾ ਮਿੱਤਰਾਂ ਬੇਲੀਆਂ ਨਾਲ ਜ਼ਰੂਰ ਸ਼ੇਅਰ ਕਰੋਗੇ। ਆਓ ਵੇਖੀਏ ਦੇਸੀ ਇਨਫੋਟੇਨਰ ਦੀ ਅੱਜ ਦੀ ਕੜੀ, ਸਾਂਝੇ ਪਰਿਵਾਰ, ਸਾਂਝਾ ਪੰਜਾਬ। ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਪ੍ਰਣਾਮ। ਇੱਕ ਵਾਰੀ ਫਿਰ ਤੁਹਾਡੇ ਨਾਲ ਤੁਹਾਡਾ ਮਿੱਤਰ ਖਿਆਮ ਚੌਹਾਨ। 1947 'ਚ ਪਿਆ ਉਜਾੜਿਆਂ ਦੀ ਇੱਕ ਹੋਰ ਕਹਾਣੀ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਜੀ। ਇਹ ਕਹਾਣੀ ਹੈ ਉਸ ਖਾਨਦਾਨ ਦੀ ਜਿਹੜਾ ਵੰਡਿਆ ਗਿਆ ਸੀ। ਮੁਲਕ ਤਾਂ ਵੰਡਿਆ ਹੀ ਗਿਆ ਸੀ, ਮੁਲਕ ਦੀਆਂ ਤਾਂ ਲਕੀਰਾਂ ਪੈ ਹੀ ਗਈਆਂ ਸੀ, ਅਤੇ ਵੰਡ ਭਰਾਵਾਂ ਭਰਾਵਾਂ 'ਚ ਵੀ ਹੁੰਦੀ ਹੈ, ਹੋ ਜਾਣੀ ਚਾਹੀਦੀ ਸੀ ਜੋ ਹੋ ਗਈ। ਲੇਕਿਨ ਜੋ ਉਦੋਂ ਨੁਕਸਾਨ ਹੋਏ ਅਸੀਂ ਉਹਦੀਆਂ ਵੀ ਕਈ ਵਾਰੀ ਯਾਦਾਂ ਤਾਜ਼ਾ ਕਰਨੇ ਹਾਂ, ਅਤੇ ਕਈ ਕਈ ਖਾਨਦਾਨ ਇਹੋ ਜਿਹੇ ਸੀ ਜਿਨ੍ਹਾਂ ਦੇ
ਉਹ ਖਾਨਦਾਨ ਦੋ ਹਿੱਸਿਆਂ 'ਚ ਵੰਡੇ ਗਏ ਸੀ। ਵੰਡੇ ਕਿਵੇਂ ਗਏ ਸੀ ਕਿ ਉਸ ਖਾਨਦਾਨ ਦੇ ਕੁਝ ਲੋਕ ਮੁਸਲਮਾਨ ਸੀ ਔਰ ਕੁਝ ਲੋਕ ਸਿੱਖ ਧਰਮ ਨੂੰ ਮੰਨਣ ਵਾਲੇ ਸੀ। ਇਹੋ ਜਿਹੇ ਇੱਕ ਖਾਨਦਾਨ ਪੱਤੋ ਕੀ ਤਹਿਸੀਲ ਦੇ ਪਿੰਡ ਔਜਲਾ ਦਾ ਔਜਲਾ ਖਾਨਦਾਨ ਹੈ, ਔਜਲਾ ਜੱਟ ਫੈਮਿਲੀ। ਇਹਦੇ ਕੁਝ ਲੋਕ ਇਸਲਾਮ ਧਰਮ ਨੂੰ ਮੰਨਦੇ ਸੀ, ਮੁਸਲਮਾਨ ਹੋ ਗਏ ਸੀ ਔਰ ਕੁਝ ਸਿੱਖ ਧਰਮ ਦੇ ਮੰਨਣ ਵਾਲੇ ਸੀ। ਲੇਕਿਨ ਇਹ ਇੱਕੋ ਹੀ ਖਾਨਦਾਨ ਸੀ, ਇੱਕੋ ਹੀ ਭਾਈਚਾਰਾ ਸੀ, ਬਰਾਦਰੀ ਸੀ ਔਰ ਆਪਸ 'ਚ ਬੜਾ ਅੱਛਾ ਸਲੂਕ ਸੀ ਇਹਨਾਂ ਦਾ। ਅਤੇ ਇਸ ਪਿੰਡ ਵਿੱਚ ਅੱਜ ਕੇ ਆ ਕੇ ਬੈਠੇ ਹਾਂ। ਇਹ ਡੇਰਾ ਹੈ ਜਨਾਬ ਲੱਖਾ ਔਜਲਾ ਦਾ, ਜਿਹੜੇ ਮੰਨੇ ਪਰਮੰਨੇ ਇੱਥੋਂ ਦੇ ਆਗੂ ਹੱਥ ਬੰਦਿਆਂ ਵਿੱਚੋਂ ਦਾ ਸ਼ੁਮਾਰ ਹੁੰਦਾ ਹੈ। ਅਤੇ ਇਸ ਵੇਲੇ ਅਸੀਂ ਬੈਠੇ ਹਾਂ ਜੀ, ਸਾਡੇ ਸਾਹਮਣੇ ਜਿਹੜੇ ਭਰਾ ਬੈਠੇ ਨੇ ਇਹਨਾਂ ਦਾ ਨਾਂ ਹੈ ਮੁਹੰਮਦ ਅੱਬਾਸ ਔਜਲਾ ਜੱਟ ਔਰ ਇਹ ਜੀ ਪੁੱਤਰ ਨੇ ਸ਼ੇਰ ਸਿੰਘ ਦੇ, ਸ਼ੇਰ ਸਿੰਘ ਜਿਨ੍ਹਾਂ ਦਾ ਹੁਣ ਨਾਂ ਸ਼ੇਰ ਮੁਹੰਮਦ ਹੈ। ਬਾਕੀ ਦੀ ਕਹਾਣੀ ਅਸੀਂ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਭਾਈ ਅੱਬਾਸ, ਸਾਨੂੰ ਇਹ ਦੱਸੋ ਪਿੰਡ ਔਜਲਾ ਜਿਹੜਾ ਸੀ ਇਹ ਸੰਨ 47 ਤੋਂ ਪਹਿਲੇ ਇੱਥੇ ਸਾਰੀ ਔਜਲਾ ਫੈਮਿਲੀ ਆਬਾਦ ਸੀ? ਹਾਂਜੀ, ਔਜਲਾ ਫੈਮਿਲੀ ਆਬਾਦ ਸੀ, ਬਾਕੀ ਗਰੀਬ ਗੁਰਬਾ ਲੋਕ ਜਿਹੜੇ ਰਈਅਤ ਬੈਠੀ ਸੀ, ਜਿਹੜੇ ਕੰਮੀ ਹੁੰਦੇ ਜਿਹਨਾਂ ਸੇਪੀ ਹੁੰਦੀ ਹੈ, ਹਾਂਜੀ ਉਹ ਕੁਝ ਪ੍ਰਾਪੀ ਦੇ ਲੋਕ ਹੋਣੇ। ਸਾਨੂੰ ਇਹ ਦੱਸੋ ਵੀ ਵੱਢ ਕੇ ਚੰਦ ਵੱਡਿਆਂ ਵੱਡਿਆਂ ਲੋਕਾਂ ਦੇ ਨਾਂ ਦੱਸੋ 47 ਤੋਂ ਪਹਿਲੇ ਜਿਹੜੇ ਇੱਥੇ ਆਬਾਦ ਸੀ। ਇੱਥੇ ਜੀ ਮੇਰੇ ਦਾਦੇ ਦੇ ਨਾਂ ਸੀ ਕਾਲਾ ਸਿੰਘ, ਹਾਂਜੀ ਔਜਲਾ, ਹਾਂਜੀ। ਇਹਨਾਂ ਦੇ ਬਜ਼ੁਰਗਾਂ ਦਾ ਨਾਂ ਸੀ ਅਬਦੁੱਲਾ ਸਿੰਘ, ਹਾਂਜੀ। ਇਹ ਸਾਡੇ ਨਾਲ ਬੈਠੇ ਨੇ ਲੱਖਾ ਔਜਲਾ ਸਾਹਿਬ ਜੀ, ਜਿਹੜੇ ਕਿ ਇੱਥੋਂ ਦੀ, ਮੈਂ ਤੁਹਾਨੂੰ ਦੱਸਿਆ ਕਿ ਮੰਨੀ ਪਰਮੰਨੀ ਹਸਤੀ ਨੇ, ਕਿਉਂਕਿ ਇਹ ਇੱਕੋ ਫੈਮਿਲੀ ਹੈ ਜੀ। ਇਹਨਾਂ ਦੇ ਵਾਲ ਸਾਹਿਬ ਵੀ ਮੇਰੇ ਦਾਦਾ ਜੀ ਲੱਗਦੇ ਸੀ। ਅੱਛਾ, ਰਿਸ਼ਤੇ 'ਚੋਂ, ਠੀਕ ਹੈ। ਅਤੇ ਮੇਰੇ ਦਾਦਾ ਜੀ ਅਤੇ ਇਹਨਾਂ ਦੇ ਵਾਲਦ ਸਾਹਿਬ ਜਿਹੜੇ ਸੀ ਨਾ, ਉਹ ਕਜ਼ਨ ਸਨ, ਆਪਸ 'ਚ ਕਜ਼ਨ ਸੀ, ਹਾਂਜੀ। ਅਤੇ ਦੂਸਰੇ ਇੱਕ ਪਤੀ ਦੇ ਲੋਕ ਜਿਹੜੇ ਸਨ ਹੈਗੇ, ਉਹ ਵੀ ਔਜਲਾ ਫੈਮਿਲੀ ਦੇ ਸੀ। ਅੱਛਾ, ਉਹ ਮਤਲਬ ਇੱਕ ਦੇ ਨਾਂ ਸੀ ਇੰਦਰ ਸਿੰਘ, ਹਾਂਜੀ। ਦੂਸਰੇ ਜਿਨ੍ਹਾਂ ਦਾ ਅੱਗੇ ਨਾਂ ਲਿਆ ਜੀ, ਬਸਲ ਸਿੰਘ ਨੰਬਰਦਾਰ ਸੀ ਜੀ। ਉਹ ਤਕਰੀਬਨ ਪਿੰਡ ਦਾ ਆਦੀ ਸੀ, ਹਾਂਜੀ ਜੀ ਜੀ। ਅਤੇ ਇਸ ਤਰੀਕੇ ਮੇਰੇ ਦਾਦਾ ਜੀ ਤੋਂ ਛੋਟੇ ਹੈਗੇ ਸਨ ਹਜ਼ਾਰਾ ਸਿੰਘ, ਹਾਂਜੀ। ਅੱਛਾ, ਇਹ ਜਦੋਂ ਪਾਰਟੀਸ਼ਨ ਹੋਈ ਹੈ ਉਸ ਟਾਈਮ ਤੇ ਇਹ ਮੇਰੇ ਦਾਦਾ ਜੀ ਹਰੀ ਵੀ, ਇਹਨਾਂ ਦੇ ਵਾਲਦ ਸਾਹਿਬ ਵੀ ਇਹ ਉੱਧਰ ਟੁਰ ਗਏ ਇੰਡੀਆ ਦੇ। ਅੱਛਾ, ਇਹਨਾਂ ਦੇ ਵਾਲਦ ਸਾਹਿਬ ਯਾਨੀ ਲੱਖਾ ਔਜਲਾ ਸਾਹਿਬ ਦੇ ਵਾਲਦ ਸਾਹਿਬ ਦੁੱਲਾ ਸਿੰਘ, ਹਾਂਜੀ, ਤੇ ਤੁਹਾਡੇ ਵਾਲਦ ਸਾਹਿਬ ਵੀ ਤੇ ਦਾਦਾ ਜੀ ਵੀ, ਤੁਹਾਡੇ ਵਾਲਦ ਸਾਹਿਬ ਸ਼ੇਰ ਸਿੰਘ, ਹਾਂਜੀ, ਤੇ ਦਾਦਾ ਜੀ ਕਾਲਾ ਸਿੰਘ, ਇਹ ਉੱਧਰ ਚਲੇ ਗਏ, ਇੱਧਰ ਉੱਧਰ ਚਲੇ ਗਏ, ਠੀਕ ਹੈ। ਫਿਰ ਇੱਕ ਮਤਲਬ ਦਾਦਾ ਜੀ ਜਿਹੜੇ ਸੀ ਨਾ, ਉਹ ਇੱਥੇ ਰਹਿ ਗਏ, ਉਹਦਾ ਨਾਂ ਸੀ ਮੁਹੰਮਦ ਦੀਨ। ਉਸ ਤੋਂ ਪਹਿਲੇ ਜਿਹੜਾ ਉਹਨਾਂ ਦਾ ਨਾਂ ਸੀ ਨਾ, ਉਹ ਹੈਗਾ ਸੀ ਬੂੜ ਸਿੰਘ, ਹਾਂਜੀ। ਉਹ ਇਸਲਾਮ ਕਬੂਲ ਕਰਨ ਵਿੱਚ ਫਿਰ ਉਹਨਾਂ ਨੇ ਨਾਂ ਤਬਦੀਲ ਕੀਤਾ ਮੁਹੰਮਦ ਦੀਨ ਰੱਖ ਲਿਆ। ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੀ ਗੱਲ ਹੈ ਵੀ? ਹਾਂਜੀ, ਪਹਿਲੇ ਮੁਸਲਮਾਨ ਹੋ ਗਏ, ਯਾਨੀ ਉਹ ਇੱਧਰ ਰਹਿ ਗਏ, ਠੀਕ ਹੈ। ਦੂਸਰੀ ਫੈਮਿਲੀ ਜਿਹੜੀ ਉਹ ਉੱਧਰ ਤੁਰ ਗਈ, ਹਾਂਜੀ। ਅੱਛਾ, ਫਿਰ ਮਤਲਬ ਕਿ ਉਹ ਇੱਧਰ ਇਕੱਲੇ ਰਹਿ ਗਏ, ਪਰੇਸ਼ਾਨ ਹੋਣ, ਫਿਰ ਉੱਧਰ ਗਏ ਇਹਨਾਂ ਦੇ ਮਗਰ। ਅੱਛਾ, ਉੱਧਰ ਜਾ ਕੇ ਇਹਨਾਂ ਨੂੰ ਮਿੰਨਤ ਸਮਾਜ ਕਰਕੇ ਜਾਂ ਜੋ ਵੀ ਆਪਦੇ ਰਿਸ਼ਤੇ ਦਾ ਜ਼ੋਰ ਦੇ ਕੇ, ਅੱਛਾ, ਤੇ ਇਹਨਾਂ ਨੂੰ ਐਗਰੀ ਕੀਤਾ ਕਿ ਤੁਸੀਂ ਇੱਧਰ ਆ ਜਾਓ ਵੀ, ਵਾਪਸ ਪਾਕਿਸਤਾਨ ਆ ਜਾਓ। ਉਹ ਮੇਰੇ ਦਾਦਾ ਜੀ ਕਹਿਣ ਲੱਗੇ ਕਿ ਹੁਣ ਟੋਟਲੀ ਰਿਸ਼ਤੇਦਾਰ ਨੇ ਜਿਹੜੇ ਉਹ ਤਾਂ ਆ ਗਏ ਇੱਧਰ, ਕਿੱਧਰ ਬੱਚੀਆਂ ਦਾ ਕਿਤੇ ਕੀਤਾ ਹੈ, ਕਿਤੋਂ ਲਈਆਂ ਨੇ ਤੇ ਰਿਸ਼ਤੇਦਾਰੀ ਹੈ, ਤੇ ਹੁਣ ਅਸੀਂ ਵਾਪਸ ਨਹੀਂ ਜਾ ਸਕਦੇ। ਇਹ ਫਿਰ ਦੋ ਬੰਦੇ ਜਿਹੜੇ ਨੇ ਇਹ ਐਗਰੀ ਹੋ ਗਏ ਕਿ ਅਸੀਂ ਤੇਰੇ ਨਾਲ ਵਾਪਸ ਜਾਂਦੇ। ਇਹ ਕਿੱਥੇ ਜਾ ਕੇ ਬੈਠੇ ਸੀ ਉੱਥੇ ਹਿੰਦੁਸਤਾਨ? ਇਹ ਜੀ ਪੀਰ ਮੁਹੰਮਦ ਪਿੰਡ, ਪੀਰ ਮੁਹੰਮਦ, ਜ਼ਿਲ੍ਹਾ ਫਿਰੋਜ਼ਪੁਰ ਉਸ ਵੇਲੇ ਦਾ, ਹਾਂਜੀ, ਪੀਰ ਮੁਹੰਮਦ ਵਿੱਚ ਜਾ ਕੇ ਬੈਠੇ, ਹਾਂਜੀ, ਠੀਕ ਹੈ। ਤੇ ਇਹ ਫਿਰ ਨਾ ਮਤਲਬ ਇੱਕ ਚਾਚਾ ਭਤੀਜਾ ਤਿਆਰ ਹੋ ਗਏ ਵਾਪਸ ਆਉਣ ਨੂੰ ਜੀ, ਇਹਨਾਂ ਦੇ ਵਾਲਦ ਸਾਹਿਬ ਤੇ ਮੇਰੇ ਵਾਲਦ ਸਾਹਿਬ। ਅੱਛਾ, ਇਹਨਾਂ ਦੇ ਵਾਲਦ ਸਾਹਿਬ ਦੁੱਲਾ ਸਿੰਘ, ਹਾਂਜੀ, ਤੇ ਸ਼ੇਰ ਸਿੰਘ, ਇਹ ਐਗਰੀ ਹੋ ਗਏ ਕਿ ਅਸੀਂ ਵਾਪਸ ਜਾਂਦੇ, ਠੀਕ ਹੈ। 8 ਮਾਹ ਬਾਅਦ ਅੱਛਾ ਇਹ ਵਾਪਸ ਆਏ ਨੇ। ਅੱਛਾ, ਸਨ 1948 ਚ ਇਹਨਾਂ ਦੀ ਵਾਪਸੀ ਹੁੰਦੀ, ਵਾਪਸੀ ਹੋ ਗਈ, 8 ਮਾਹ ਇਹਨਾਂ ਉੱਥੇ ਗੁਜ਼ਾਰੇ ਨੇ, ਠੀਕ। ਉਸ ਤੋਂ ਬਾਅਦ ਇਹ ਵਾਪਸ ਆ ਕੇ ਤੇ ਮੁਸਲਮਾਨ ਹੋ ਗਏ। ਅੱਛਾ, ਇਹ ਮੁਸਲਮਾਨ ਹੋ, ਹਾਂਜੀ, ਠੀਕ ਹੈ। ਇਹਨਾਂ ਦੇ ਵਾਲਦਾ
ਪਹਿਲੀ ਵਾਲ ਦਾ ਠੀਕ ਹੈ ਉਧਰ ਰਹਿ ਗਈ। ਅੱਛਾ ਉਹਨਾਂ ਮਾਤਾ ਜੀ ਦਾ ਨਾਂ ਕੀ ਸੀ? ਨਾ ਉਹਨਾਂ ਦਾ ਨਾਮ ਮੈਨੂੰ ਨਹੀਂ ਯਾਦ, ਤੁਹਾਨੂੰ ਛੋੜ ਗਿਆ। ਠੀਕ ਹੈ ਠੀਕ। ਦੋ ਇਹਨਾਂ ਦੇ ਭਾਈ ਸਨ। ਅੱਛਾ ਉਹਨਾਂ ਦੇ ਨਾਂ ਕੀ ਸੀ? ਉਹਨਾਂ ਦੇ ਨਾਂ ਮੱਖਣ ਸਿੰਘ। ਅੱਛਾ ਸੁਲੱਖਣ ਸਿੰਘ। ਸੁਲੱਖਣ ਸਿੰਘ ਹਾਂਜੀ। ਇਹ ਦੋ ਭਾਈ ਸਨ ਜਿਹੜੇ ਉਸ ਹਾਂਜੀ ਮਾਜੀ ਪਹਿਲੀ ਵਾਲ ਦਾ ਉਹ ਉਧਰ ਰਹਿ ਗਏ। ਹਾਂਜੀ ਮਤਲਬ ਹੈ ਕਿ ਉਹ ਇੱਧਰ ਵਾਪਸ ਨਹੀਂ ਆਏ। ਨਹੀਂ ਵਾਪਸ ਆਏ। ਮੇਰੇ ਵਾਲਦ ਸਾਹਿਬ ਜਦੋਂ ਇੱਧਰ ਮਤਲਬ ਇਹਨਾਂ ਦੇ ਬਜ਼ੁਰਗਾਂ ਨੇ ਫਿਰ ਇੱਧਰ ਆ ਕੇ ਸ਼ਾਦੀ ਕੀਤੀ। ਯਾਨੀ ਕਿ ਮੁਸਲਮਾਨ ਅਬਦੁੱਲਾ ਸਿੰਘ ਨੇ ਹਾਂਜੀ ਜਿਨ੍ਹਾਂ ਨੇ ਬਾਅਦ ਚ ਨਾਂ ਅਬਦੁੱਲਾ ਰੱਖਿਆ ਮੁਹੰਮਦ ਅਬਦੁੱਲਾ। ਹਾਂਜੀ ਮੁਹੰਮਦ ਅਬਦੁੱਲਾ। ਉਹਨਾਂ ਨੇ ਦੁਬਾਰਾ ਇੱਧਰ ਆ ਕੇ ਸ਼ਾਦੀ ਕੀਤੀ, ਇੱਧਰ ਆ ਕੇ ਸ਼ਾਦੀ ਕਰ ਲਈ ਜਿਹਦੇ ਵਿੱਚੋਂ ਇਹ ਚਾਚਾ ਜੀ। ਅੱਛਾ ਅੱਛਾ ਅੱਛਾ। ਉਸ ਤੋਂ ਬਾਅਦ ਅੱਗੇ ਗੱਲ ਆ ਗਈ ਹੁਣ ਮੇਰੇ ਵਾਲ ਸਾਹਿਬ ਦੀ ਜੀ, ਸ਼ੇਰ ਸਿੰਘ ਜਿਹੜੇ ਕਿ ਹੁਣ ਸ਼ੇਰ ਮੁਹੰਮਦ ਨੇ। ਹਾਂਜੀ ਠੀਕ ਹੈ। ਇਹਨਾਂ ਨੇ ਵੀ ਇੱਧਰ ਆ ਕੇ ਸ਼ਾਦੀ ਵੀ ਕਰ ਲਈ। ਅੱਛਾ। ਫਿਰ ਉਸ ਤੋਂ ਬਾਅਦ ਮਤਲਬ ਕਿ ਉਹਨਾਂ ਦੇ ਤਾਂ ਵਾਲਦ ਸਾਹਿਬ ਯਾਰ ਸਨ ਉੱਧਰ, ਫਿਰ ਇਹਨਾਂ ਇੱਧਰ ਆ ਕੇ ਕੋ ਕੇਸ ਵਗੈਰਾ ਕੀਤਾ, ਕੁਝ ਰਕਬਾ ਇਹਨਾਂ ਨੂੰ ਗੌਰਮੈਂਟ ਵੱਲੋਂ ਮਿਲ ਗਿਆ, ਪਿਓ ਵਾਲ ਦਾ ਹਿੱਸਾ ਰਿਕਵਰ ਹੋ, ਤੀਸਰਾ ਚੌਥਾ ਹਿੱਸਾ ਇਹਨਾਂ ਨੂੰ ਮਿਲ ਗਿਆ। ਠੀਕ ਹੈ ਠੀਕ ਹੈ। ਤੇ ਇਹਨਾਂ ਨੇ ਇੱਧਰ ਸ਼ਾਦੀ ਕਰ ਲਈ। ਫਿਰ ਇਹਨਾਂ ਨੇ ਕੇਸ ਜੀ ਕੀਤਾ ਕਿ ਮੈਂ ਬੱਚੇ ਵੀ ਮੇਰੇ ਆਉਣ। ਅੱਛਾ। ਫਿਰ ਮੇਰੀ ਵਾਲਦਾ ਵੀ ਕੁਝ ਦੇਰ ਬਾਅਦ ਇੱਕ ਭਾਈ ਸੀ ਇੱਕ ਮਸ਼ੀਰਾ ਸੀ ਵੱਡੀ, ਉਹ ਵੀ ਵਾਪਸ ਆਏ ਮੇਰੇ ਦਾਦਾ ਜੀ ਛੱਡ ਕੇ ਗਏ। ਸ਼ੇਰ ਸਿੰਘ ਦੇ ਜਿਹੜੇ ਉਹਨਾਂ ਦੇ ਘਰਾਂ ਵਾਲੀ ਜਿਹੜੀ ਸੀ ਹਾਂਜੀ ਉਹ ਇੱਥੇ ਆਇਆ ਨਾ ਮਿਲਣ। ਹਾਂਜੀ ਹਾਂਜੀ। ਉਹ ਮਤਲਬ ਉਹ ਵੀ ਇੱਧਰ ਆਏ, ਤੁਹਾਡੇ ਦਾਦਾ ਜੀ ਛੱਡ ਕੇ ਗਏ ਉਹਨਾਂ ਨੂੰ? ਦਾਦਾ ਜੀ ਛੱਡ ਕੇ ਗਏ। ਅੱਛਾ ਅੱਛਾ। ਉਹ ਵੀ ਮੁਸਲਮਾਨ ਹੋ ਗਏ। ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ। ਠੀਕ ਹੈ ਹਾਂਜੀ ਠੀਕ ਹੈ। ਤੇ ਉਹ ਤੁਹਾਡੇ ਭਰਾ ਜਿਹੜੇ ਉਧਰ ਮਗਰੋਂ ਆਏ ਸੀ ਉਹਨਾਂ ਦਾ ਕੀ ਨਾਂ ਸੀ? ਭਾਈ ਉਹਨਾਂ ਦਾ ਚੰਨਣਦੀਨ। ਚੰਨਣਦੀਨ ਨਾਂ ਰੱਖਿਆ ਗਿਆ। ਹਾਂਜੀ ਪਹਿਲੇ ਉਹਨਾਂ ਦਾ ਨਾਂ ਜ਼ਾਹਿਰ ਹੈ ਹੋਰ ਹੋਣਾ। ਹਾਂਜੀ ਚੰਨਣ ਸਿੰਘ ਹੋ ਗਏ। ਚੰਨਣ ਸਿੰਘ ਹੋਏ। ਹਾਂਜੀ ਅੱਛਾ ਅੱਛਾ ਅੱਛਾ। ਇਸ ਤਰ੍ਹਾਂ ਕਹਾਣੀ। ਅੱਛਾ ਫਿਰ ਤੁਸੀਂ ਇੱਥੇ ਆ ਕੇ ਆਬਾਦ ਹੋ ਗਏ? ਹਾਂਜੀ ਦੁਬਾਰਾ ਮਤਲਬ ਕਿ ਆਪਦੇ ਘਰ ਹੀ ਵਾਪਸ ਆ ਗਏ ਨਾ। ਅੱਛਾ ਅੱਛਾ ਘਰ ਵਾਪਸ। ਆਬਾਦ ਤਾਂ ਜੇ ਅਗਰ ਇਹ ਮਾਜਰ ਹੋ ਕੇ ਅੱਗੇ ਗਏ ਸਨ ਤੇ ਉਧਰ ਆਬਾਦ ਹੋਏ ਨਾ। ਠੀਕ ਹੈ ਤੁਸੀਂ ਵਾਪਸ ਆਪਣੇ ਪਿੰਡ ਆ ਗਏ, ਆਪਣੇ ਜੱਦੀ ਪੁਸ਼ਤੀ ਪਿੰਡ। ਹਾਂਜੀ ਠੀਕ ਹੈ। ਅੱਛਾ ਸਾਨੂੰ ਇਹ ਦੱਸੋ ਵੀ ਕਦੇ ਰਾਬਤਾ ਹੋਇਆ ਬਾਕੀ ਫੈਮਿਲੀ ਬਾਕੀ ਪਰਿਵਾਰ ਦੇ ਨਾਲ? ਹਾਂਜੀ ਹੁੰਦਾ ਰਹਿੰਦਾ। ਹੁੰਦਾ ਰਹਿੰਦਾ। ਹਾਂਜੀ ਹੁਣ ਵੀ ਉਹ ਕਿੱਥੇ ਬੈਠੇ ਆ ਪਿੱਛਾ? ਉੱਥੇ ਪੀਰ ਮੁਹੰਮਦ ਦੀ ਨੇ। ਪੀਰ ਮੁਹੰਮਦ ਦੀ ਬੈਠੇ? ਹਾਂਜੀ ਠੀਕ। ਤੇ ਮੇਰੇ ਕਜ਼ਨ ਨੇ ਮਤਲਬ ਕਿ ਆਪਾਂ ਪੰਜਾਬੀ ਜਿਵੇਂ ਮਸੇਰ ਵੀ ਆਣੇ ਆ। ਹਾਂ ਖਾਲਾ ਦਾ ਬੈਠੇ। ਅੱਛਾ ਉਹ ਸੂਬੇ ਹਰਿਆਣੇ ਚ ਬੈਠੇ ਨੇ? ਸੂਬੇ ਹਰਿਆਣੇ ਚ ਬੈਠੇ। ਹਾਂਜੀ ਉਹ ਮੇਰੇ ਕੋਲ ਦੋ ਦਫਾ ਆਏ ਨੇ। ਅੱਛਾ ਹਾਂਜੀ। ਅੱਛਾ ਮੇਰੇ ਬੇਟੇ ਦੀ ਸ਼ਾਦੀ ਸੀ, ਮੈਂ ਕਾਰਡ ਕੱਲੇ ਸੀ, ਉਹ ਮਤਲਬ ਉਸ ਟਾਈਮ ਤੇ ਉਹਨਾਂ ਕੋਸ਼ਿਸ਼ ਕੀਤੀ ਵੀਜ਼ੇ ਲੱਗ ਗਏ ਆ ਗਏ, ਸ਼ਾਦੀ ਚ ਸ਼ਾਮਲ ਹੋਏ। ਵਾਹ ਜੀ ਵਾਹ। ਹਰਿਆਣਾ ਤੋਂ ਆ ਕੇ? ਹਾਂਜੀ ਤੇ ਇੱਥੋਂ ਪੀਰ ਮੁਹੰਮਦ ਤੋਂ ਵੀ। ਮੇਰੇ ਦੋ ਚਾਚੇ ਸਨ। ਕਿਹੜੇ ਕਿਹੜੇ ਆਏ ਸੀ ਚਾਚੇ? ਉਹ ਜੀ ਬਲਕਾਰ ਸਿੰਘ ਤੇ ਗੁਰਦਿਆਲ ਸਿੰਘ। ਵਾਹ ਜੀ ਵਾਹ। ਤੇ ਛੋਟੇ ਮੇਰੇ ਦਾਦੇ ਦਾ ਜਿਹੜਾ ਬੇਟਾ ਹੈ ਗੱਜਣ ਸਿੰਘ। ਅੱਛਾ ਹਾਂਜੀ। ਇਹ ਤਿੰਨ ਬੰਦੇ ਆਏ। ਤੇ ਕਿਸ ਤਰ੍ਹਾਂ ਦਾ ਮਾਹੌਲ ਸੀ? ਕਿੰਨਾ ਪਿਆਰ ਨਾਲ ਦੇਖੋ ਆਏ ਸਰਹੱਦੋਂ ਪਾਰ। ਇਹ ਬੜੀ ਮਿਸਾਲੀ ਜਿਹਾ ਮੇਰੇ ਆਪਣੇ ਦੇਖਣ ਵਾਲਿਆਂ ਨੂੰ, ਔਰ ਮੈਂ ਵਿਖਾਉਣਾ ਚਾਹਾਂਗਾ ਇਹ ਮੰਜ਼ਰ ਕਿ ਦੋ ਧਰਮ ਨੇ ਲੇਕਿਨ ਦਿਲਾਂ ਚ ਪਿਆਰ ਹੈ। ਹਾਂਜੀ ਅਸੀਂ ਐਸੇ ਪਿਆਰ ਨੂੰ ਲੱਭਦੇ ਲੱਭਦੇ ਖੋਜਦੇ ਖੋਜਦੇ ਫਿਰਦੇ ਹਾਂ ਪਿੰਡ ਪਿੰਡ ਕਿ ਇਨਸਾਨ ਪਿਆਰ ਵਾਸਤੇ ਬਣਿਆ, ਨਫ਼ਰਤਾਂ ਅਸੀਂ ਪਤਾ ਨਹੀਂ ਕਿੱਥੋਂ ਕੱਢ ਲਈਆਂ। ਔਰ ਇਹੀ ਚੀਜ਼ ਸਾਡੇ 'ਚ ਹੋਣੀ ਚਾਹੀਦੀ ਹੈ ਕਿ ਸਾਡਾ ਪਿਆਰ ਵਿਵਹਾਰ ਬਣਿਆ ਰਹਿਣਾ ਚਾਹੀਦਾ। ਅਤੇ ਬੜੀ ਸੋਹਣੀਆਂ ਗੱਲਾਂ ਕੀਤੀਆਂ ਭਾਈ ਆਬਾਸ। ਅੱਛਾ ਫਿਰ ਉਹ ਸ਼ਾਦੀ 'ਤੇ ਆਏ? ਹਾਂਜੀ ਉਹ ਤਕਰੀਬਨ ਇੱਥੇ 10-12 ਦਿਨ ਸਾਡੇ ਕੋਲ ਠਹਿਰੇ ਸਨ, ਕਿਉਂਕਿ 15 ਕੁ ਦਿਨ ਦਾ ਉਹਨਾਂ ਦਾ ਵੀਜ਼ਾ ਸੀ। ਅੱਛਾ ਅਤੇ ਸ਼ਾਦੀ ਅਟੈਂਡ ਕਰਕੇ ਅਤੇ ਫਿਰ ਕਿਹੜੇ ਸਾਲ 'ਚ ਸ਼ਾਦੀ ਸੀ? ਇਹ ਆਪਣਾ ਸ਼ਾਦੀ 2004 'ਚ ਹੋਈ ਸੀ। 2004 'ਚ? ਹਾਂਜੀ। ਹੁਣ ਵੀ ਫਿਰ ਕਦੇ ਕਦੇ ਤੇ ਹੁਣ ਇਹ ਹਾਲਾਤ ਬਣੇ ਪਏ ਨੇ ਜੀ। ਪਿਛਲੇ ਮਹੀਨੇ ਦੀ 23 ਤਰੀਕ ਨੂੰ ਮੇਰਾ ਤਾਇਆ ਜੀ ਫੌਤ ਹੋਏ ਨੇ ਉੱਥੇ। ਹਾਂਜੀ ਪੀਰ ਮੁਹੰਮਦ। ਪੀਰ ਮੁਹੰਮਦ? ਹਾਂਜੀ ਮੇਰੀ ਫੋਨ ਤੇ ਰਾਬਤਾ ਹੋਇਆ, ਅਫਸੋਸ ਕੀਤਾ ਹੈ। ਨਹੀਂ ਜੀ ਕਰਤਾਰ ਸਿੰਘ। ਕਰਤਾਰ ਸਿੰਘ ਤੇ ਮਜਬੂਰੀ ਕਿ ਪੰਜਾਬ ਦਾ ਵੀਜ਼ਾ ਨਹੀਂ ਲੱਗ ਰਿਹਾ। ਤੁਸੀਂ ਕੋਸ਼ਿਸ਼ ਕੀਤੀ? ਮੈਂ ਜਾ ਨਹੀਂ ਸਕਦਾ। ਮੈਂ ਆਪਣੇ ਵੇਖਣ ਵਾਲਿਆਂ ਨੂੰ ਜਿਹੜੇ ਕਿ ਚੜ੍ਹਦੇ ਪੰਜਾਬ 'ਚ ਸਾਨੂੰ ਵਹਿੰਦੇ ਪਏ ਨੇ, ਉੱਥੋਂ ਦੀ ਗੌਰਮੈਂਟ ਨੂੰ ਜਿਹੜੀ ਸਾਨੂੰ ਇਸ ਵੇਲੇ ਵਹਿੰਦੀ ਪਈ ਹੋਣੀ ਹੈ, ਉੱਥੋਂ ਦੇ ਆਗੂ ਹੱਥ ਲੋਕਾਂ ਨੂੰ ਇਹ ਵਿਖਾਉਣਾ ਚਾਹੁੰਦਾ ਕਿ ਲੋਕ ਮਿਲਣਾ ਚਾਹੁੰਦੇ ਨੇ। ਹਾਂਜੀ ਇਹਨਾਂ ਦੇ ਤਾਇਆ ਜੀ ਕਰਤਾਰ ਸਿੰਘ ਫੌਤ ਹੋਏ ਨੇ ਔਰ ਇਹ ਜਾਣਾ ਚਾਹੁੰਦੇ ਸੀ, ਵੀਜ਼ੇ ਦੀ ਕੋਸ਼ਿਸ਼ ਹੋਈ ਹੈ, ਵੀਜ਼ਾ ਨਹੀਂ ਮਿਲ ਰਿਹਾ। ਹਾਂਜੀ ਇਹ ਨਰਮੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਨੇ।
ਖਾਨਦਾਨਾਂ ਨੂੰ ਆਪਸ ਮਿਲਣਾ ਚਾਹੀਦਾ ਔਰ ਇਹਦੇ ਨਾਲ ਹੀ ਅਮਨ ਆਉਣਾ। ਜਦੋਂ ਲੋਕ ਆਪਸ ਮਿਲਣਗੇ, ਜਿਹੜੇ ਇੱਧਰੋਂ ਬੈਠੇ ਲੋਕ ਉੱਧਰੋਂ ਉੱਠ ਕੇ ਆਏ ਆ, ਉਹ ਵੀ ਆਪਣੀ ਆਪਣੇ ਵੜਕਿਆਂ ਦੀ ਜੰਮਣ ਪੋਇਆ ਹੋਏ ਉਹਨੂੰ ਵੇਖਣਾ ਚਾਹੁੰਦੇ ਨੇ। ਜਿਹੜਾ ਸਾਡੇ ਸਾਹਮਣੇ ਇੱਕ ਖਾਨਦਾਨ ਬੈਠਾ ਹੈ, ਮੁਹੰਮਦ ਅਬਾਸ ਔਜਲਾ ਸਾਹਿਬ, ਇਹਨਾਂ ਦੇ ਤਾਇਆ ਜੀ ਕਰਤਾਰ ਸਿੰਘ ਫੌਤ ਹੋਏ ਨੇ ਅਤੇ ਜਾ ਕੇ ਭੋਗ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਨੇ, ਉਹਨਾਂ ਨਾਲ ਹਮਦਰਦੀ ਕਰਨਾ ਚਾਹੁੰਦੇ ਨੇ ਆਪਣੇ ਬਾਕੀ ਪਰਿਵਾਰ ਨਾਲ, ਲੇਕਿਨ ਵੀਜ਼ਾ ਨਹੀਂ ਮਿਲ ਰਿਹਾ। ਅੱਛਾ, ਮਤਲਬ ਕਿ ਸਾਡਾ ਹੀ ਮੇਰਾ ਟੋਟਲੀ ਖਾਨਦਾਨ ਸਵਾਇ ਇਕਬਾਲ ਸਾਹਿਬ ਤੋਂ ਟੋਟਲੀ ਉਹ ਨਾਨਕੇ ਵੀ ਦਾਦਕੇ ਵੀ। ਅੱਛਾ ਅੱਛਾ, ਹਾਂਜੀ, ਮਿਲਣ ਨੂੰ ਦਿਲ ਤਾਂ ਕਰਦਾ ਹੋਣਾ ਸਾਹਿਬ, ਜਿਹੜੀ ਖੂਨ ਦੀ ਖਿੱਚ ਹੁੰਦੀ ਹੈ ਇਹ ਬੰਦੇ ਨੂੰ ਪੈਂਦੀ, ਕਸ਼ਿਸ਼ ਪੈਂਦੀ। ਠੀਕ ਹੈ। ਅੱਛਾ, ਅਤੇ ਇਹ ਚਾਚਾ ਜੀ ਨੇ ਇਹਨਾਂ ਦੇ ਭਾਈ ਫੌਤ ਹੋਏ ਨੇ। ਅੱਛਾ, ਵੀਜ਼ੇ ਨਹੀਂ ਮਿਲੇ। ਅੱਛਾ ਅੱਛਾ, ਬੜੀ ਕੋਸ਼ਿਸ਼ ਕੀਤੀ। ਪੰਜਾਬ ਸੂਬਾ ਪੰਜਾਬ ਹੈ ਜਿਹੜਾ ਇੰਡੀਆ ਦਾ, ਉਹਦੇ ਵੀਜ਼ਾ ਬਹੁਤ ਮੁਸ਼ਕਲ ਹੈ। ਅਗਲੇ ਸੂਬਿਆਂ ਦੇ ਜਿਹੜੇ ਨੇ ਉਹ ਲੱਭਦੇ ਨੇ, ਲੇਕਿਨ ਸਾਰੇ ਸਾਡੀ ਮਜਬੂਰੀ, ਅਸੀਂ ਅੱਗੇ ਜਾ ਕੇ ਕੀ ਕਰਾਂਗੇ। ਦੇਖੋ ਜੀ, ਪੰਜਾਬ ਦੇ ਰਿਸ਼ਤੇ ਤਾਂ ਪੰਜਾਬ ਤੱਕ। ਹਾਂਜੀ, ਸਾਨੂੰ ਤਾਂ ਜਾਸਤ ਇੱਥੋਂ ਦੀ ਮਿਲੇ ਤਾਂ ਫਿਰ ਹੀ ਠੀਕ ਹੈ ਨਾ, ਅਸੀਂ ਤਾਂ ਕਿ ਆਪਦਿਆਂ ਨੂੰ ਮਿਲ ਲਈਏ। ਜੀ ਜੀ, ਉਹਨਾਂ ਨਾਲ ਉਹਨਾਂ ਦੀ ਸ਼ਾਦੀ ਗਮੀ ਵਿੱਚ ਅਸੀਂ ਸ਼ਰੀਕ ਹੋਈਏ। ਜੀ ਜੀ, ਅਤੇ ਜੇ ਸਾਨੂੰ ਹਕੂਮਤਾਂ ਇਜਾਜ਼ਤ ਹੀ ਨਾ ਦੇਣ ਤਾਂ ਫਿਰ ਅਸੀਂ ਮਜਬੂਰ ਹਾਂ। ਦੇਖੋ ਜੀ, ਇਹ ਗੱਲਾਂ ਛੋਟੀਆਂ ਗੱਲਾਂ ਨਹੀਂ ਨੇ। ਹਾਂਜੀ, ਇਹ ਰਿਸ਼ਤੇ ਟੁੱਟਣ ਵਾਲੇ ਨਹੀਂ ਨੇ, ਇਹ ਖੂਨ ਦੇ ਜਿਹੜੇ ਆਪਸ 'ਚ ਨਾਤੇ ਨੇ, ਰਿਸ਼ਤੇ ਨੇ, ਇਹਨਾਂ ਦੀ ਕਸ਼ਿਸ਼ ਹੁੰਦੀ ਹੈ, ਇਹਨਾਂ ਦੀ ਆਪਸ 'ਚ ਤਾਂਘ ਹੁੰਦੀ ਹੈ, ਉਮੀਦ ਹੁੰਦੀ ਹੈ, ਆਸ ਹੁੰਦੀ ਹੈ। ਅਤੇ ਹਕੂਮਤਾਂ ਇਸ ਮਾਮਲੇ 'ਤੇ ਪਤਾ ਨਹੀਂ ਕਿਉਂ ਗੌਰ ਨਹੀਂ ਕਰਦੀਆਂ ਕਿ ਇਹ ਜਿਹੜੇ ਰਿਸ਼ਤੇ ਨੇ ਇਹਨਾਂ ਨੂੰ ਟੁੱਟਣ ਤੋਂ ਬਚਾਇਆ ਜਾਏ, ਬਲਕਿ ਟੁੱਟ ਸਕਦੇ ਹੀ ਨਹੀਂ। ਤੁਸੀਂ ਨਰਮੀ ਕਰੋ ਜਾਂ ਸਖਤੀ ਕਰੋ, ਇਹ ਰਿਸ਼ਤੇ ਨਹੀਂ ਟੁੱਟਣ। ਅੱਛਾ ਜੀ, ਫਿਰ ਇੱਥੇ ਆ ਕੇ ਮਾਸ਼ਾਅੱਲਾ ਤੁਹਾਡਾ ਬੜਾ ਸੋਹਣਾ ਸੈਟਅਪ ਹੈ, ਪੂਰੇ ਇਲਾਕੇ 'ਚ ਤੁਹਾਡੀ ਗੱਲ ਸੁਣੀ ਜਾਂਦੀ ਹੈ, ਮੰਨੀ ਜਾਂਦੀ ਹੈ, ਬਲਕਿ ਮੈਂ ਤਾਂ ਇੱਥੋਂ ਤੱਕ ਸੁਣਿਆ ਕਿ ਦੂਰ ਦਰਾਜ ਦੀਆਂ ਪਰੇ ਪੰਚਾਇਤਾਂ ਵੀ ਤੁਹਾਡੇ ਡੇਰੇ 'ਤੇ ਆ ਕੇ ਨਿਬੜਦੀਆਂ ਨੇ। ਹਾਂਜੀ, ਅਤੇ ਇਹ ਬੜੀ ਇੱਕ ਦਿਲ ਖੁਸ਼ ਦਾ ਸ਼ੁਕਰ ਹੈ ਜੀ। ਹਾਂ, ਅੱਲਾ ਦਾ ਸ਼ੁਕਰ ਕਰਨਾ ਚਾਹੀਦਾ ਜੀ, ਔਰ ਅੱਲਾ ਨੇ ਬੜੀ ਸੋਹਣੀ ਇੱਕ ਇੱਥੇ ਗੱਲ ਬਣਾਈ ਹੋਈ ਹੈ। ਅੱਛਾ, ਫਿਰ ਹੁਣ ਤੁਹਾਡੇ ਵਾਲਦ ਸਾਹਿਬ ਜਿਹੜੇ ਨੇ, ਇਹਨਾਂ ਨੇ ਕਦੇ ਤਾਂਘ ਲਾਈ ਕਿ ਮੈਂ ਜਾ ਕੇ ਪਿੱਛੇ ਮਿਲ ਕੇ ਆਵਾਂ? ਲੇਕਿਨ ਸਾਨੂੰ ਇਹ ਹੀ ਹੈ ਕਿ ਵੀਜ਼ਾ ਨਹੀਂ, ਉਹ ਵਿਦੇਸ਼ਾਂ ਕਿ ਮੈਂ ਆਪਦੇ ਭਾਈਆਂ ਕੋਲ ਜਾਵਾਂ। ਅੱਛਾ, ਮੈਂ ਉਹਨਾਂ ਨੂੰ ਇਹ ਗੱਲ ਵੀ ਕੀਤੀ ਸੀ ਕਿ ਆਪਾਂ ਅਗਲੇ ਸੂਬੇ ਦਾ ਵੀਜ਼ਾ ਲਵਾ ਲਈਏ, ਤੁਸੀਂ ਉੱਥੇ ਚਲੇ ਜਾਓ, ਮਤਲਬ ਕਿ ਉਹ ਤੁਹਾਨੂੰ ਉੱਥੇ ਮਿਲ ਲਓ। ਉਹਨਾਂ ਕਿਹਾ ਨਹੀਂ, ਮੈਂ ਜਾਣਾ ਤੇ ਭਾਈਆਂ ਕੋਲ ਜਾਣਾ। ਇਹ ਤੁਹਾਡੀ ਜਿਹੜੀ ਵੀਡੀਓ ਹੈ ਨਾ, ਇਸ ਵੇਲੇ ਪੀਰ ਮੁਹੰਮਦ 'ਚ ਵੀ ਵੇਖੀ ਜਾਣੀ ਹੈ, ਸ਼ੇਰੇ ਵਾਲੇ 'ਚ ਵੀ ਵੇਖੀ ਜਾਣੀ ਹੈ, ਦੋਲੇ ਵਾਲੇ 'ਚ ਵੀ ਵੇਖੀ ਜਾਣੀ ਹੈ, ਔਰ ਪਰਾਂ ਹਰਿਆਣੇ ਦੇ ਵਿੱਚ ਜਿੱਥੇ ਬੈਠੇ ਆ ਉੱਥੇ ਵੀ ਇਹ ਵੇਖੀ ਜਾਣੀ ਹੈ। ਅੱਛਾ, ਹੁਣ ਉਹਨਾਂ ਨੇ ਤਾਂਘ ਦੱਸਿਆ, ਤਾਂਘ ਦੇ ਵਿੱਚ ਉਮਰ ਗੁਜ਼ਾਰ ਦਿੱਤੀ ਕਿ ਆਪਣੇ ਭਰਾਵਾਂ ਨੂੰ ਜਾ ਕੇ ਮਿਲਾਂ। ਬਿਲਕੁਲ, ਅਤੇ ਉਹਨਾਂ ਭਰਾਵਾਂ ਦੇ ਇੱਕ ਵਾਰੀ ਫਿਰ ਨਾਂ ਦੱਸ ਦਿਓ ਤਾਂ ਕਿ ਫਿਰ ਸਾਡੇ ਸੁਣਨ ਵਾਲੇ ਸੁਣ ਲੈਣ ਕਿ ਉਹਨਾਂ ਦੇ ਜਿਹੜੇ ਵੱਡੇ ਜਿਹੜੇ ਨੇ ਨਾ, ਤਾਇਆ ਜੀ ਸਨ ਕਰਤਾਰ ਸਿੰਘ, ਕਰਤਾਰ ਸਿੰਘ ਜਿਹੜੇ ਪਿਛਲੇ ਮਹੀਨੇ ਫੌਤ ਹੋ ਗਏ, ਦਸੰਬਰ 2017 ਦੇ ਵਿੱਚ ਫੌਤ, 23 ਦੇ ਵਿੱਚ, 23 ਦਸੰਬਰ, ਮਤਲਬ 23 ਤਰੀਕ ਨੂੰ, 23 ਦਸੰਬਰ ਮਹੀਨੇ ਦੀ ਫੌਤ ਹੋਏ, ਫੌਤ ਹੋਏ। ਠੀਕ ਹੈ। ਅਤੇ ਛੋਟੇ ਬਲਕਾਰ ਸਿੰਘ ਨੇ, ਅੱਛਾ ਉਹ ਜਿਉਂਦੇ ਨੇ, ਹਾਂਜੀ, ਉਸ ਤੋਂ ਛੋਟੇ ਗੁਰਦਿਆਲ ਸਿੰਘ, ਗੁਰਦਿਆਲ ਸਿੰਘ, ਹਾਂਜੀ। ਅੱਛਾ, ਵਾਲ ਸਾਹਿਬ ਦੇ ਚਾਚੇ ਦਾ ਪੁੱਤਰ ਜਿਹੜਾ ਹੈ ਨਾ, ਉਹ ਗੱਜਣ ਸਿੰਘ ਹੈ, ਗੱਜਣ ਸਿੰਘ, ਹਾਂਜੀ, ਸਰਪੰਚ ਵੀ ਨੇ ਉਹ, ਸਰਪੰਚ ਵੀ ਨੇ, ਹਾਂ ਬਿਲਕੁਲ, ਠੀਕ ਹੈ ਠੀਕ ਹੈ, ਮੰਨੇ ਪਰ ਮੰਨੇ ਨੇ ਇਲਾਕੇ ਦੇ ਵਿੱਚ, ਹਾਂਜੀ, ਗੱਜਣ ਸਿੰਘ ਹਰੀ, ਹਾਂਜੀ। ਅੱਛਾ ਅੱਛਾ, ਇਹ ਚਾਚੇ ਦੇ ਪੁੱਤਰ ਨੇ, ਹਾਂਜੀ, ਚਾਚੇ ਦੇ ਪੁੱਤਰ, ਸ਼ੇਰ ਮੁਹੰਮਦ ਸਾਹਿਬ, ਹਾਂਜੀ, ਇਕਲੌਤੇ ਹੀ, ਠੀਕ ਹੈ ਠੀਕ ਹੈ, ਇਹ ਸਾਰੇ ਪੀਰ ਮੁਹੰਮਦ 'ਚ ਹੀ ਬੈਠੇ, ਪੀਰ ਮੁਹੰਮਦ, ਠੀਕ ਹੈ ਠੀਕ, ਹਾਂਜੀ। ਅਤੇ ਹੁਣ ਫਿਰ ਤੁਹਾਨੂੰ ਕਦੇ ਲੈ ਚੱਲੀਏ ਉੱਧਰ, ਅਸੀਂ ਤਾਂ ਤਿਆਰ ਹਾਂ ਮਿਲਣ। ਬਲਵਿੰਦਰ ਸਿੰਘ ਜੀ ਖੂਨ ਦੇ ਰਿਸ਼ਤੇ ਨੇ, ਔਰ ਸਾਡੇ ਜਿਹੜੇ ਮੀਆਂ ਮੀਰ ਫਾਊਂਡੇਸ਼ਨ ਦੇ ਉੱਥੋਂ ਦੇ ਹੈ ਹਰਭਜਨ ਸਿੰਘ ਬਰਾੜ ਸਾਹਿਬ, ਤੁਸੀਂ ਸੁਣਦੇ ਪਏ ਉੱਧਰ ਬਹਿ ਕੇ, ਅੰਮ੍ਰਿਤਸਰ ਵਿੱਚ ਬਹਿ ਕੇ, ਇਹ ਜ਼ਰਾ ਤੁਸੀਂ ਪੂਰੀ ਕਹਾਣੀ ਸੁਣੀਏ ਅਤੇ ਇਹਨੂੰ ਕਿਸੇ ਬੰਨੇ ਲਾਉਣਾ। ਬੜੀ ਮਿਹਰਬਾਨੀ ਮੁਹੰਮਦ ਅਵਾਜ਼। ਇੱਕ ਹੋਰ ਗੱਲ ਜਿਹੜੀ ਸਾਡੇ ਨਾਲ ਸਾਂਝ ਪਾਉਣਾ ਚਾਹੁੰਦੇ ਹੋ, ਕੋਈ ਵਾਕਿਆ, ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਤੁਹਾਡੀ ਫੈਮਿਲੀ ਦੀ ਹਿਸਟਰੀ ਬਾਰੇ ਹੈ? ਬਸ ਜੀ, ਬਾਕੀ ਸ਼ੁਕਰ ਅਲਹਮਦੁਲਿਲਾ, ਫੈਮਿਲੀ ਬੜੀ ਅੱਛੀ ਹੈ, ਸਾਡਾ ਆਪਸ ਵਿੱਚ ਬੜਾ ਪਿਆਰ ਮੁਹੱਬਤ ਹੈ। ਅੱਛਾ, ਤੇ ਕੋਈ ਐਸੀ ਗੱਲ ਨਹੀਂ, ਠੀਕ ਹੈ, ਹਾਂਜੀ। ਅੱਛਾ, ਇੱਕ ਗੱਲ, ਤੇ ਜ਼ਿੰਦਗੀ ਤਾਂ ਸਕੂਨ ਦੀ ਹੈ, ਠੀਕ ਹੈ, ਪੰਜਾਬ ਦਾ ਮਾਹੌਲ ਜਿਹੜਾ ਇੱਧਰ ਦਾ, ਕਦੇ ਇੱਧਰ ਰਹਿ ਕੇ ਤੁਸੀਂ ਸੋਚਦੇ ਹੋ ਕਿ ਇਹ ਇੱਧਰ ਰਹਿਣ ਦਾ ਤੁਹਾਡਾ ਫੈਸਲਾ ਕਦੇ ਅਫਸੋਸ ਤਾਂ ਨਹੀਂ ਹੋਇਆ ਤੁਹਾਨੂੰ? ਨਹੀਂ, ਇੱਜ਼ਤ ਪੂਰੀ ਮਿਲੀ ਹੈ? ਨਹੀਂ ਜੀ, ਅਸੀਂ ਸ਼ੁਕਰ ਅਲਹਮਦੁਲਿਲਾ, ਅਸੀਂ ਮੁਸਲਮਾਨ ਹੋ ਗਏ ਹਾਂ,
ਵੱਡੀ ਸਾਡੇ ਵਾਸਤੇ ਤਾਂ ਇਹੀ ਗੱਲ ਹੈ ਕਿ ਸਾਡੇ ਵਾਲਦ ਸਾਹਿਬ ਮੁਸਲਮਾਨ ਹੋਏ, ਅਸੀਂ ਮੁਸਲਮਾਨਾਂ ਦੇ ਘਰ ਜਨਮ ਲਿਆ, ਇਸ ਤੋਂ ਹੋਰ ਵੱਡੀ ਕਿਹੜੀ ਗੱਲ? ਅੱਛਾ, ਲੇਕਿਨ ਕਦੇ ਉਹੀ ਗੱਲ ਕਿ ਪਿਆਰ ਦੀ ਗੱਲ ਤਾਂ ਤੁਹਾਡੀ ਉੱਥੇ ਜ਼ਾਹਿਰ ਹੋ ਗਈ ਕਿ ਦਿਲ ਤੰਗਦਾ ਹੈ। ਹਾਂਜੀ, ਭਾਵੇਂ ਉਹ ਸਿੱਖ ਧਰਮ ਨਾਲ ਤਾਲੁਕ ਰੱਖਦੇ ਨੇ, ਲੇਕਿਨ ਮਿਲਣ ਨੂੰ ਦਿਲ ਤੰਗਦਾ ਹੈ। ਔਰ ਉਹ ਸ਼ਾਦੀ ਚ ਸ਼ਰੀਕ ਹੋਏ, ਯਾਨੀ ਕਿ ਮੁਹੱਬਤ ਦਾ ਰਿਸ਼ਤਾ ਮੌਜੂਦ ਹੈ। ਬਿਲਕੁਲ, ਔਰ ਮੁਹੱਬਤ ਹੀ ਸਾਨੂੰ ਜਿਹੜੇ ਸੂਫੀਆਂ ਇਕਰਾਮ ਸੀ ਸਾਡੇ, ਜਿਨ੍ਹਾਂ ਚ ਬਾਬਾ ਫਰੀਦ ਨੇ, ਜਿਨ੍ਹਾਂ ਚ ਬੁੱਲੇ ਸ਼ਾਹ ਨੇ, ਜਿਨ੍ਹਾਂ ਚ ਵਾਰਿਸ ਸ਼ਾਹ ਨੇ, ਜਾਂ ਜਿੰਨੇ ਵੀ ਲੋਕ, ਜਾਂ ਸਾਡਾ ਜਿਹੜਾ ਦੀਨ ਹੈ ਇਸਲਾਮ, ਉਹ ਵੀ ਮੁਹੱਬਤ ਦਾ ਦਰਸ ਦਿੰਦਾ, ਕਿਸੇ ਨਾਲ ਨਫ਼ਰਤ ਕਰਨੀ ਨਹੀਂ ਸਿਖਾਉਂਦਾ। ਇਹੀ ਸਾਡੇ ਲਈ ਵੱਡੀ ਗੱਲ ਹੈ। ਹਾਂਜੀ, ਹੁਣ ਗੱਲਬਾਤ ਕਰਨੀ ਆ ਜੀ ਇੱਥੋਂ ਦੀ ਮੰਨੀ ਪਰਮੰਨੀ ਸ਼ਖਸੀਅਤ ਜਨਾਬ ਮੁਹੰਮਦ ਲੱਖਾ ਔਜਲਾ ਦੇ। ਹਾਂਜੀ, ਮੁਹੰਮਦ ਲੱਖਾ ਔਜਲਾ ਦੇ ਨਾਲ ਜਨਾਬ ਉਹਨਾਂ ਦੇ ਪੁੱਤਰ ਖਿਜ਼ਰ ਹਯਾਤ ਔਜਲਾ ਵੀ ਬੈਠੇ ਨੇ, ਜਿਹੜੇ ਸਾਡੇ ਬੜੇ ਹੀ ਉਹਨਾਂ ਨੇ ਤਾਮੁਨ ਕੀਤਾ ਇੱਥੇ ਆਉਣ ਦੇ ਵਿੱਚ, ਇੱਥੋਂ ਦੀ ਗੱਲਬਾਤ ਕਰਨ ਦੇ ਵਿੱਚ। ਲੱਖਾ ਔਜਲਾ ਸਾਹਿਬ, ਤੁਹਾਡੇ ਵਾਲਦ ਸਾਹਿਬ ਦਾ ਨਾਂ ਦੁੱਲਾ ਸਿੰਘ ਸੀ ਜੀ। ਉਦੋਂ ਪਹਿਲੇ ਜਿਹੜੇ ਤੁਹਾਡੇ ਦਾਦਾ ਜੀ ਸੀ, ਉਹਨਾਂ ਦਾ ਕੀ ਨਾਂ ਸੀ ਦਾਦਾ ਜੀ ਦਾ? ਮਾਣਾ ਸਿੰਘ। ਮਾਣਾ ਸਿੰਘ, ਮਾਣਾ ਸਿੰਘ ਦਾ ਪੁੱਤਰ ਸੀ ਦੁੱਲਾ ਸਿੰਘ, ਤੇ ਦੁੱਲਾ ਸਿੰਘ ਦੇ ਅਗਾਂਹ ਪੁੱਤਰ ਹੋ ਤੁਸੀਂ ਮੁਹੰਮਦ ਲੱਖਾ ਔਜਲਾ। ਦੁੱਲਾ ਸਿੰਘ ਹਰੀ ਇੱਥੇ ਚਲੇ ਗਏ ਸੀ ਸੰਨ 47 ਚ ਜੀ, ਤੇ ਉਹ ਕਿੱਥੇ ਜਾ ਕੇ? ਉਹ ਵੀ ਪੀਰ ਮੁਹੰਮਦ ਦੀ ਆਬਾਦ ਹੋਈ ਸੀ ਨਾਲ, ਕੋਈ ਮਾਰੀ ਖੇੜਾ ਦੇ ਉੱਥੇ ਫੁੱਟ ਗਏ ਨਾ ਭਾਈ, ਉੱਥੇ ਜਾ ਕੇ ਮੁਖਤਲਿਫ ਜਗ੍ਹਾ ਤੇ ਜ਼ਮੀਨ ਮਿਲੀ ਹੋਣੀ ਹੈ ਜ਼ਾਹਿਰ, ਤੇ ਉਹਦਾ ਕੁੜਮ ਵੀ ਹੈਗਾ ਸੀ ਮਾਨ ਸਿੰਘ। ਮਾਨ ਸਿੰਘ ਉੱਥੇ ਇਕੱਠੇ ਉਹ ਮਾਣੀ ਖੇੜੇ ਜਾ ਕੇ ਬੈਠੇ, ਮਾਣੀ ਖੇੜੇ, ਮਾਣੀ ਖੇੜੇ ਬੈਠੇ। ਉਹ ਫਿਰ ਭਾਈਆ ਉਹਦਾ ਕਦੋਂ ਗਿਆ ਇਦੋਂ, ਹਾਂ ਬਾਬਾ ਮੁਹੰਮਦ, ਹਾਂ ਉਹਨੂੰ ਮਿੰਨਤਾਂ ਦਾ ਕਾਲ ਤੇ ਇੱਥੇ ਲਾਇਆ। ਅੱਛਾ ਅੱਛਾ ਅੱਛਾ, ਉਹ ਮੁਹੰਮਦ ਦੀਨ ਸਾਹਿਬ ਜਿਹੜੇ ਸੀ ਜੀ, ਉਹਦੇ ਭਾਈ ਸੀ, ਉਹ ਇੱਥੇ ਲੈ ਆਇਆ, ਇੱਥੇ ਲੈ ਆਇਆ। ਉਹ ਪਹਿਲੇ ਮੁਸਲਮਾਨ ਸੀ। ਅੱਛਾ, ਪਹਿਲੇ ਤੋਂ ਮੁਸਲਮਾਨ? ਪਹਿਲੇ ਤੋਂ, ਲੇਕਿਨ ਬਰਾਦਰੀ ਇੱਥੇ ਇਕੱਠੀ ਰਹਿ ਰਹੀ ਸੀ, ਇਕੱਠੀ ਰਹਿ ਰਹੀ। ਉਹ ਕੱਲਾ ਲੈ ਗਿਆ, ਉਹਨੂੰ ਲੋਕ ਹੈ ਇੱਥੋਂ ਦੇ ਤੰਗ ਕਰਦੇ ਸੀ, ਹਾਂ ਉੱਥੇ ਗਿਆ, ਉਹਨਾਂ ਨੂੰ ਇਕੱਠੇ ਇੱਕ ਪਤੇਰੀਏ ਨੂੰ ਇਕੱਠਾ ਕੀਤਾ, ਭਲਾ ਨੂੰ ਕੀਤਾ, ਮਿੰਨਤਾਂ ਦਾ ਕੀਤਾ, ਮੈਂ ਕੱਲਾ ਨਹੀਂ ਉੱਥੇ ਵੱਸ ਸਕਦਾ, ਤੁਸੀਂ ਵਾਪਸ ਆ, ਮੈਂ ਮੁਸਲਮਾਨ ਹੋ ਗਿਆ ਤੇ ਮੈਂ ਸਿੱਖ ਹੋਣਾ ਨਹੀਂ ਤੇ ਤੁਸੀਂ ਮੇਰੇ ਨਾਲ ਮੁਸਲਮਾਨ ਹੋ। ਅੱਛਾ, ਉਹ ਫਿਰ ਵਾਪਸ ਆ ਗਏ, ਮੇਰੇ ਵੀ ਬਾਂਹ ਬਿੱਲੀ ਬਣੋ ਚਾਹ ਕੇ, ਠੀਕ ਹੈ, ਫਿਰ ਇੱਥੇ ਆ ਗਏ, ਇੱਥੇ ਆ ਗਏ, ਠੀਕ ਹੈ, ਠੀਕ ਹੈ, ਠੀਕ। ਅੱਛਾ, ਇੱਥੇ ਵਸਲ ਸਿੰਘ ਨੰਬਰਦਾਰ ਵੀ ਸੀ ਜੀ, ਉਹ ਕਿੰਨੀ ਕੁ ਜ਼ਮੀਨ ਸੀ ਹੁੰਦੀ ਇੱਥੇ? ਉਹ ਆਦੀ ਸੀ ਇਸ ਪਿੰਡ ਦਾ, ਇਹ ਸੁਣਿਆ ਅਸੀਂ, ਸਾਡੇ ਫਿਰ ਜਾਮ ਪਿੱਛੋਂ ਦੇ ਦੇ। ਅੱਛਾ ਅੱਛਾ, ਤੁਹਾਡੇ ਜਿਹੜੇ ਵਾਲਦ ਸਾਹਿਬ ਸੀ ਦੁੱਲਾ ਸਿੰਘ ਜੀ, ਜਿਨ੍ਹਾਂ ਨੇ ਬਾਅਦ ਚ ਆ ਕੇ ਇੱਥੇ ਨਾਮ ਮੁਹੰਮਦ ਅਬਦੁੱਲਾ ਰੱਖਿਆ ਜੀ ਜੀ, ਉਹਨਾਂ ਦੀ ਇੱਕ ਸ਼ਾਦੀ ਪਿੱਛੇ ਵੀ ਸੀ ਉੱਥੇ? ਪਿੱਛੇ ਵੀ ਆਇਆ ਸੀ ਉੱਥੇ ਤੁਹਾਡੇ ਭਰਾ? ਉੱਥੇ ਸਾਡੇ ਭਰਾ, ਸਾਡੀਆਂ ਉਹਦੇ ਪੈਰਾਂ। ਅੱਛਾ ਅੱਛਾ, ਉਹ ਉਹ ਉਹਦੇ ਸੀ, ਉਹਦੇ ਇੱਕ ਭਰਾ ਸਾਡਾ ਵਿਆਹ ਗਿਆ, ਮੇਰਾ ਵਾਲਦ ਹੀ ਉਹਦੇ ਕਦੋਂ ਗਿਆ ਨਿਕਾਹ ਕਰਤੇ ਤੇ ਆਪ ਵਾਪਸ ਆ ਗਿਆ ਸੀ। ਠੀਕ ਹੈ, ਠੀਕ ਠੀਕ, ਉਹਦੀ ਔਲਾਦ ਹੈ, ਉਹ ਸਾਡੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਨੇ, ਉਹ ਨਾ ਉੜਦਾ ਵੀ ਕੀਤਾ। ਆ ਤੁਹਾਡੇ ਬੇਟੇ ਸਿਕੰਦਰ ਔਜਲਾ ਨੇ, ਉਹਨਾਂ ਨਾਲ ਥੋੜਾ ਬਹੁਤ ਉਹਨਾਂ ਦਾ ਟੋਲਿਆ? ਅੱਛਾ, ਟੋਲਿਆ ਕੋਈ ਥੋੜਾ ਬਹੁਤ? ਤੇ ਕੀ ਨਾਂ? ਕੀ ਬੜਾ ਮਿਲਣ ਦਾ ਜੀ ਕਰਦਾ ਉਹਨਾਂ ਨੂੰ, ਵੀਜ਼ੇ ਨਹੀਂ ਲੱਗਦੇ। ਔਰ ਲੱਖਾ ਔਜਲਾ ਸਾਹਿਬ ਬਾਰੇ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਜੀ ਕਿ ਇਹ ਇਲਾਕੇ ਦੇ ਵਿੱਚ ਬੜੇ ਸਿਰ ਕੱਢਵੇਂ ਬੰਦੇ ਜਿਹਨਾਂ ਨੂੰ ਕਿਹਾ ਜਾਂਦਾ, ਬੜੇ ਆਗੂ ਹੱਥ ਔਰ ਮੰਨੇ ਪਰਮੰਨੇ ਬੰਦੇ ਆ, ਇੱਥੋਂ ਤੱਕ ਕਿ ਸੀਐਮ ਪੰਜਾਬ ਰਹੇ ਨੇ ਸਾਡੇ ਮੁਹੰਮਦ ਆਰਫ ਨਕਈ ਸਾਹਿਬ, ਉਹ ਵੀ ਇਹਨਾਂ ਦੀ ਬੜੀ ਇੱਜ਼ਤ ਤੇ ਬੜਾ ਹਯਾ ਕਰਦੇ ਸੀ, ਔਰ ਪੂਰੇ ਇਲਾਕੇ ਦੇ ਵਿੱਚ ਮੁਹੰਮਦ ਲੱਖਾ ਔਜਲਾ ਜਿਹੜੇ ਨੇ ਪਰੇ ਪੰਚਾਇਤ ਇਹਨਾਂ ਦੇ ਡੇਰੇ ਤੇ, ਪਹਿਲੇ ਮੁਹੰਮਦ ਅਬਦੁੱਲਾ ਜਿਨ੍ਹਾਂ ਦਾ ਪੁਰਾਣਾ ਨਾਂ ਦੁੱਲਾ ਸਿੰਘ ਸੀ ਉਹਨਾਂ ਦਾ ਡੇਰਾ ਸੀ ਇਹ, ਫਿਰ ਅੱਜ ਕੱਲ੍ਹ ਇਹਨੂੰ ਸੰਭਾਲਦੇ ਨੇ ਲੱਖਾ ਔਜਲਾ ਸਾਹਿਬ। ਅੱਛਾ, ਜਿਹੜੇ ਤੁਹਾਡੇ ਭਰਾ ਉੱਥੇ ਰਹਿੰਦੇ ਨੇ ਉਹਨਾਂ ਦਾ ਨਾਂ ਕੀ ਹੈ? ਮੱਖਣ ਸਿੰਘ ਸੀ, ਉਹ ਫੌਤ ਹੋ ਗਿਆ, ਫੌਤ ਹੋ ਗਿਆ, ਉਹਦੀ ਅੱਗੋਂ ਔਲਾਦ ਹੈਗੇ, ਉਹਦੇ ਪੁੱਤਰ ਹੈਗੇ ਨੇ। ਅੱਛਾ, ਉਹ ਇੱਥੇ ਸਾਡੇ ਕੋਲ ਨਾ ਆਏ ਦੇ ਨਾ ਅਸੀਂ ਗਏ, ਸਾਡੇ ਵੀਜ਼ੇ ਹੀ ਨਹੀਂ ਬਣੇ, ਲੇਕਿਨ ਫੋਨ ਦਾ ਰਿਸ਼ਤਾ ਹੈ, ਖੋਣ ਦਾ, ਦਿਲ ਤੰਗਦਾ, ਤੰਗਦਾ ਮਿਲਣ ਨੂੰ ਵੀ, ਸਾਨੂੰ ਵੀਜ਼ੇ ਮਿਲਣ ਨਹੀਂ ਕਰਦਾ, ਬੜਾ ਜੀ ਕਰਦਾ ਜੀ, ਖੋੜ ਹੀ ਹੋਇਆ ਜੀ, ਪਿਓ ਦੀ ਔਲਾਦ ਹੋਈ ਜੀ। ਬਿਲਕੁਲ ਬਿਲਕੁਲ। ਅੱਛਾ, ਫਿਰ ਉਹ ਉੱਥੋਂ ਆ ਗਏ ਇੱਧਰ ਜੀ, ਇੱਥੇ ਆ ਕੇ ਉਹਨਾਂ ਨੇ ਦੁਬਾਰਾ ਸ਼ਾਦੀ ਕੀਤੀ, ਸ਼ਾਦੀ ਕੀਤੀ, ਤੇ ਫਿਰ ਉਸ ਉੱਥੋਂ ਫਿਰ ਤੁਹਾਡੀ ਪੈਦਾਇਸ਼ ਹੋਈ? ਉਹ ਪੈਦਾਇਸ਼ ਮੇਰੀ ਹੋਈ, ਮੇਰੇ ਤੋਂ ਪਹਿਲੇ ਇੱਕ ਮੇਰੀ ਵੱਡੀ ਭੈਣ ਹੈ,
ਬੱਚੇ ਦਿੱਤੇ ਨੇ, ਬੜੇ ਸੁਖੀ ਵਸਦੇ ਪਏ ਨੇ, ਇਲਾਕੇ ਦੇ ਚੰਗੇ ਘਰ ਕਿਹੜੇ ਨੇ ਓਹਦੇ ਉਹਨਾਂ ਦੀ ਸ਼ਾਦੀਆਂ ਵੀ ਹੈਗੀਆਂ। ਬਾਬੇ ਦੇ ਪੁੱਤਰ ਦੇ ਕਾਵੇ ਅਨਵਰ। ਅੱਛਾ ਬਾਬਾ ਜੀ, ਮੁਸਲਮਾਨ ਜੱਟ ਵੀ ਬਹੁਤ ਨੇ। ਅੱਛਾ, ਜਦੋਂ ਸਾਡੀਆਂ ਵੀਡੀਓ ਉਧਰ ਦੇਖੀਆਂ ਗਈਆਂ ਨਾ, ਉਧਰ ਦੇ ਲੋਕਾਂ ਨੂੰ ਪਤਾ ਚੱਲਿਆ ਵੀ ਇਹ ਤਾਂ ਸਾਡੀਆਂ ਹੀ ਜਾਤਾਂ ਨੇ ਤੇ ਸਾਡੇ ਹੀ ਲੋਕ ਨੇ, ਉਹ ਮਨੇਸ, ਉਹ ਹੀ ਵੜੈਚ, ਉਹ ਹੀ ਚੀਮੇ ਚੱਠੇ, ਉਹ ਹੀ ਚੌਹਾਨ ਰਾਜਪੂਤ, ਉਹ ਹੀ ਸਾਰੀਆਂ ਯਾਨੀ ਕਿ ਜਿਹੜੀਆਂ ਬਰਾਦਰੀਆਂ ਉਧਰ ਨੇ ਉਹ ਹੀ ਇੱਧਰ ਨੇ। ਤੇ ਜਦੋਂ ਹੁਣ ਰਾਬਤੇ ਹੋਏ ਤੇ ਉਹ ਗੱਲ ਖੁੱਲੀਆਂ, ਮਤਲਬ ਉਹਨਾਂ ਦੇ ਵਿੱਚੋਂ ਹੀ ਇੱਧਰ ਰਹਿ ਗਏ ਨਾ ਲੋਕ। ਹਾਂਜੀ 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 ਬਿਲਕੁਲ ਬਿਲਕੁਲ, ਤੇ ਜ਼ਾਤ ਤਾਂ ਨਹੀਂ ਬਦਲਦੀ। ਬਿਲਕੁਲ ਬਿਲਕੁਲ ਇਸੇ ਤਰ੍ਹਾਂ ਜੀ, ਬਿਲਕੁਲ ਇਸੇ ਤਰ੍ਹਾਂ। ਮੁਹੰਮਦ ਅਬਾਸ ਸਾਹਿਬ ਜੀ ਭਤੀਜੇ ਹੀ ਲੱਗਦੇ ਨੇ ਇਹਨਾਂ ਦੇ, ਲੱਖਾ ਔਜਲਾ ਸਾਹਿਬ ਦੇ, ਔਰ ਸ਼ੇਰ ਮੁਹੰਮਦ ਸਾਹਿਬ ਦੇ ਬੇਟੇ ਨੇ ਜਿਹਨਾਂ ਨਾਲ ਅਸੀਂ ਪਹਿਲੇ ਗੱਲਬਾਤ ਕਰ ਚੁੱਕੇ ਹਾਂ। ਤੇ ਹੋਰ ਜੀ ਕੋਈ ਅਗਰ ਵੀਜ਼ਾ ਲੱਗੇ ਤੇ ਫਿਰ ਤੁਸੀਂ ਜਾਣਾ ਪਸੰਦ ਕਰੋਗੇ, ਵੇਖਣਾ ਚਾਹੁੰਦੇ ਉਹਨਾਂ ਨੂੰ, ਵਸਦਿਆਂ ਨੂੰ? ਬਿਲਕੁਲ, ਔਰ ਉਹ ਤਾਂ ਫੇਰਾ ਮਾਰ ਵੀ ਗਏ ਉਹਨਾਂ ਚੋਂ ਕੁਝ, ਤੇ ਬੜੀ ਖੁਸ਼ੀ ਹੋਈ ਜੀ ਸਾਨੂੰ ਇਹ ਸਟੋਰੀ ਰਿਕਾਰਡ ਕਰਕੇ ਔਰ ਇਸ ਪਿੰਡ ਵਿੱਚ ਆ ਕੇ। ਯਕੀਨ ਕਰੋ ਰੂਹ ਰਾਜ਼ੀ ਹੋਇਆ ਸਾਡਾ ਉਸ ਪਿਆਰ ਮੁਹੱਬਤ ਨੂੰ, ਜਿਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜ਼ਿੰਦਾ ਹੋਵੇ ਔਰ ਨਫ਼ਰਤ ਮਿਟੇ। ਉਹਦੀ ਇੱਕ ਬਹੁਤ ਵੱਡੀ ਮਿਸਾਲ ਹੈ ਔਜਲਾ ਫੈਮਿਲੀ ਹੈ ਕਿ ਜਿਹਦੇ ਦੋ ਪਾਸੇ ਸਿੱਖ ਧਰਮ ਨੂੰ ਮੰਨਣ ਵਾਲੇ ਵੀ ਮੌਜੂਦ ਨੇ ਔਰ ਮੁਸਲਮਾਨ ਵੀ ਮੌਜੂਦ ਨੇ। ਅਤੇ ਸਾਨੂੰ ਬੜੀ ਹੀ ਖੁਸ਼ੀ ਹੋਈ ਹੈ, ਖਿਜ਼ਰ ਹਯਾਤ ਔਜਲਾ ਸਾਹਿਬ ਸਾਡੇ ਨਾਲ ਬੈਠੇ ਨੇ ਜੀ, ਸਾਡੇ ਵੀਰ ਜਿਹੜੇ ਕਿ ਲੱਖਾ ਔਜਲਾ ਸਾਹਿਬ ਦੇ ਪੁੱਤਰ ਨੇ, ਪ੍ਰਜੰਦ ਨੇ, ਇਹਨਾਂ ਨੇ ਸਾਨੂੰ ਇੱਥੇ ਬੜਾ ਵੈਲਕਮ ਕੀਤਾ। ਅਤੇ ਵੀਰ ਜੀ ਜਦੋਂ ਆਏ ਸੀ ਤੁਹਾਡੇ ਨਾਲ ਵੀ ਮਿਲੇ ਵਰਤੇ ਹੋਣਗੇ ਉਹ ਅਦਾਰ ਇੱਥੇ ਮਿਲੇ? ਹਾਂਜੀ ਆਏ ਮਿਲੇ, ਬੜੀ ਖੁਸ਼ੀ ਹੋਈ ਸਾਨੂੰ, ਜੱਫੀਆਂ ਪਾ ਕੇ ਮਿਲੇ। ਸਾਡਾ ਖੂਨੀ ਰਿਸ਼ਤਾ ਸੀ ਉਹਨਾਂ ਨਾਲ ਜੀ ਜੀ। ਅਸੀਂ ਹੁਣ ਵੀ ਇਹ ਚਾਹੁੰਦੇ ਹਾਂ ਵੀ ਸਾਡੇ ਅਗਰ ਗੌਰਮੈਂਟ ਦਾ ਕੋਈ ਸਿਸਟਮ ਠੀਕ ਹੋਵੇ, ਸਾਡੇ ਵੀਜ਼ੇ ਲੱਗਣ ਤੇ ਅਸੀਂ ਉੱਧਰ ਜਾ ਕੇ ਉਹਨਾਂ ਨੂੰ ਮਿਲੀਏ, ਕਿਉਂਕਿ ਸਾਡੇ ਬਜ਼ੁਰਗ ਸਨ ਕਿਹੜੇ, ਉਹਨਾਂ ਨੇ ਤਾਂ ਆਪਦਾ ਟਾਈਮ ਜਿਵੇਂ ਵੀ ਸੀ ਉਹ ਵਕਤ ਹੀ ਐਸਾ ਸੀ 47 ਦਾ, ਵੀ ਕੋਈ ਕਿਤੇ ਰਹਿ ਗਿਆ ਕੋਈ ਕਿਤੇ ਰਹਿ ਗਿਆ। ਤੇ ਮੈਂ ਇਹ ਚਾਹਣਾ ਵੀ ਚਲੋ ਪਿੱਛੋਂ ਸਾਡੇ ਭਰਾ ਚਾਚੇ ਬਾਬੇ ਕਿਹੜੇ ਹੈਗੇ ਨੇ, ਅਸੀਂ ਉਹਨਾਂ ਨੂੰ ਮਿਲੀਏ, ਉਹ ਸਾਨੂੰ ਆਣ ਕੇ ਮਿਲਣ, ਸਾਡਾ ਆਣ ਜਾਣ ਬਣੇ ਤੇ ਬੜੀ ਖੁਸ਼ੀ ਹੋਏਗੀ। ਤਾਇਆਂ ਨੂੰ ਮਿਲਣਾ ਚਾਹੁੰਦੇ? ਤਾਇਆਂ ਨੂੰ ਮਿਲਣਾ ਚਾਹੁੰਦੇ। ਇਹ ਨਾ ਜੀ ਇਹ ਛੋਟੇ ਭਾਈ ਨੇ, ਮੁਹੰਮਦ ਮੂਸਾ ਨਾਂ ਹੈ ਇਹਨਾਂ ਦਾ, ਮੁਹੰਮਦ ਮੂਸਾ। ਹਾਂਜੀ। ਅੱਛਾ। ਤੇ ਚਾਰ ਮਤਲਬ ਮਸ਼ੀਰਾਂ ਨੇ। ਠੀਕ ਹੈ। ਤੁਹਾਡੇ ਇੱਕ ਭਾਈ ਉਧਰੋਂ ਵੀ ਆਏ ਸੀ ਵੱਡੇ ਭਾਈ? ਉਧਰੋਂ ਆਏ ਸੀ ਉਹ ਫੌਜ ਚੰਨਣਦੀਨ, ਚੰਨਣ ਉਹ ਫੌਤ ਹੋ ਗਿਆ, ਜਿਹੜੇ ਪਹਿਲੇ ਚੰਨਣ ਸਿੰਘ ਸੀ। ਹਾਂਜੀ। ਬਾਅਦ ਚੰਨਣਦੀਨ ਉਹ ਫੌਤ ਹੋ ਗਏ। ਹਾਂਜੀ ਉਹ ਫੌਤ। ਠੀਕ ਠੀਕ। ਅਸੀਂ ਇਸ ਵੇਲੇ ਘਰ ਖੜੇ ਹਾਂ ਜੀ ਸ਼ੇਰ ਮੁਹੰਮਦ ਦੇ, ਔਰ ਜਿਨ੍ਹਾਂ ਦਾ ਨਾਂ ਦੱਸਿਆ ਗਿਆ ਸਾਨੂੰ ਸ਼ੇਰ ਸਿੰਘ ਸੀ, ਔਜਲਾ ਪਿੰਡ ਵਿੱਚ। ਇਸ ਵੇਲੇ ਅਸੀਂ ਖੜ੍ਹੇ ਹਾਂ ਜੀ ਪਿੰਡ ਔਜਲਾ, ਜ਼ਿਲ੍ਹਾ ਕਸੂਰ, ਤਹਿਸੀਲ ਪਤੋਕੀ ਹੈ। ਪਹਿਲੇ ਇਹ ਇਲਾਕਾ ਤਹਿਸੀਲ ਚੂਣੀਆਂ, ਜ਼ਿਲ੍ਹਾ ਲਾਹੌਰ ਦਾ ਹਿੱਸਾ ਹੁੰਦਾ ਸੀ। ਇਹ ਘਰ ਜਿਹੜਾ ਹੈ ਇਹ ਹੈ ਸ਼ੇਰ ਮੁਹੰਮਦ ਸਾਹਿਬ ਦਾ, ਜਿਨ੍ਹਾਂ ਦਾ ਨਾਂ ਪਹਿਲੇ ਸ਼ੇਰ ਸਿੰਘ ਸੀ, ਔਰ ਇਹ 1947 ਦੀ ਹਿਜਰਤ ਵਾਲੇ ਵੇਲੇ ਇਹ ਉੱਥੇ ਜਾ ਵਸੇ ਸੀ ਹਿੰਦੁਸਤਾਨ ਵਿੱਚ, ਅਤੇ ਬਾਅਦ 'ਚ ਮੁਹੰਮਦ ਦੀਨ ਸਾਹਿਬ ਦੇ ਕਹਿਣ 'ਤੇ ਵਾਪਸ ਆ ਗਏ ਸੀ ਇਸ ਇਲਾਕੇ ਵਿੱਚ। ਔਰ ਇਹ ਘਰ ਉਹਨਾਂ ਦਾ ਅਸੀਂ ਵਿਖਾ ਰਹੇ ਹਾਂ ਇਸ ਵੇਲੇ, ਬਾਬਾ ਜੀ ਖੁਦ ਵੀ ਚੱਲ ਕੇ ਆ ਰਹੇ ਨੇ। ਸ਼ੇਰ ਸਿੰਘ
ਜਿਨ੍ਹਾਂ ਦੀ ਉਮਰ ਇਸ ਵੇਲੇ 110 ਵਰਿਆਂ ਦੇ ਕਰੀਬ ਹੈ ਅਤੇ 110 ਵਰਿਆਂ ਦੇ ਕਰੀਬ ਇਹਨਾਂ ਦੀ ਉਮਰ ਹੈ। ਪਹਿਲੇ ਇਹਨਾਂ ਦਾ ਨਾਂ ਸ਼ੇਰ ਸਿੰਘ ਸੀ ਅਤੇ ਅੱਜ ਕੱਲ੍ਹ ਇਹਨਾਂ ਨੂੰ ਸ਼ੇਰ ਮੁਹੰਮਦ ਨਾਂ ਇਹਨਾਂ ਦਾ। ਇਹਨਾਂ ਦਾ ਘਰ ਹੈ ਮਾਸ਼ਾਅੱਲਾ। ਬਾਬਾ ਜੀ ਕੀ ਹਾਲ ਹੈ ਤੁਹਾਡਾ? ਠੀਕ ਠਾਕ ਹੋ? ਹਾਂ ਠੀਕ ਠਾਕ। ਜਦੋਂ ਪਾਕਿਸਤਾਨ ਬਣਦਾ ਤੇ ਤੁਹਾਡੀ ਉਮਰ ਕਿੰਨੀ ਸੀ? ਹੈ ਜਦੋਂ ਪਾਕਿਸਤਾਨ ਬਣਦਾ ਤੁਹਾਡੀ ਉਮਰ ਕਿੰਨੀ ਸੀ? ਗੱਭਰੂ। ਗੱਭਰੂ ਸੀ? ਹਾਂ ਵਾਹ ਵਾਹ ਸੀ। ਤੇ ਇੱਥੋਂ ਫਿਰ ਤੁਸੀਂ ਉੱਧਰ ਚਲੇ ਗਏ ਸੀ? ਹਾਂ। ਉੱਥੇ ਕਿਹੜੇ ਪਿੰਡ ਵਸੇ ਸੀ ਜਾ ਕੇ? ਅਰਨੀ ਵਾਲਾ ਸੀ। ਅਰਨੀ ਵਾਲਾ? ਸਰਵਰ ਬੋਦਲੇ ਦਾ ਪਿੰਡ। ਸਰਵਰ ਬੋਦਲੇ ਦਾ ਪਿੰਡ? ਅੱਛਾ 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 ਅੱਛਾ। ਤੇ ਫਿਰ ਤੁਸੀਂ ਕਿੰਨੇ ਕੁ ਦਿਨ ਉੱਥੇ ਰਹੇ ਸੀ? ਕਿੰਨੇ ਕੁ ਦਿਨ ਉੱਥੇ ਰਹੇ ਸੀ ਤੇ ਵਾਪਸ ਆ ਗਏ ਸੀ? ਪਤਾ ਨੀ, ਕੋਈ ਮੇਲਿਆਂ ਦਾ ਹੀ ਸੀ। 8 ਕੁ ਮਹੀਨੇ ਰਹੇ ਸੀ ਉੱਥੇ? ਪਤਾ ਨੀ ਸਿੱਧਾ ਹੁਣ ਮੈਨੂੰ ਕੋਈ। ਅੱਛਾ 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 ਠੀਕ ਹੈ। ਹਾਂ ਗੱਭਰੂ ਸਾਨੂੰ ਖੜੇ ਮੇਰੇ। ਬਾਬਾ ਜੀ ਤੁਹਾਡੇ ਭਰਾ ਉੱਥੇ ਹੈਣ? ਕਿੱਥੇ? ਉੱਥੇ ਅਰਨੀ ਵਾਲੇ। ਪਤਾ ਨੀ ਬਲਕਾਰ ਗੁਰਦਿਆਲ ਵਾਲੇ ਕਿੱਥੇ ਨੇ? ਕਰਤਾਰ ਸਿੰਘ, ਗੁਰਦਾਲ ਸਿੰਘ, ਬਲਕਾਰ ਸਿੰਘ, ਪੀਰ ਮੁਹੰਮਦ, ਪੀਰ ਮੁਹੰਮਦ, ਪੀਰ ਮੁਹੰਮਦ, ਪੀਰ ਮੁਹੰਮਦ ਵਿੱਚ। ਤੇ ਕਦੇ ਆਪਦੇ ਭਰਾਵਾਂ ਨਾਲ ਗੱਲ ਹੋਈ ਹੈ ਤੁਹਾਡੀ? ਆਪਦੇ ਭਰਾਵਾਂ ਨਾਲ ਕਦੇ ਗੱਲ ਹੋਈ ਹੈ ਟੈਲੀਫੋਨ ਤੇ? ਚਿੱਠੀ ਚੁੱਠੀ ਆ, ਚਿੱਠੀ ਚੁੱਠੀ, ਕਦੇ ਕੋਈ ਚਿੱਠੀ ਆਈ ਉਹਨਾਂ ਦੀ? ਚਿੱਠੀ ਤਾਂ ਨਹੀਂ ਕਿ ਆਈ ਹੋਵੇ ਜੀ, ਮੈਨੂੰ ਹੁਣ ਚੇਤਾ ਨਹੀਂ। ਹਾਲੇ ਅੱਜ ਤਾਂ ਮੇਰੇ ਕੋਲ ਪੁੱਛਦੇ ਪੈਸੇ ਵੀ ਉਹਨਾਂ ਦੀ ਚਿੱਠੀ ਚੁੱਠੀ ਨਹੀਂ ਆਉਂਦੀ। ਹਾਂ ਮੈਂ ਤੁਹਾਨੂੰ ਦੱਸਿਆ ਨਾ ਸੀ ਵੀ ਬੂ ਹਰਾਂ ਦੀ ਗੱਲ ਹੁੰਦੀ ਹੈ ਫੋਨ ਤੇ। ਤੇ ਤੁਹਾਡੇ ਭਰਾ ਜਿਹੜੇ ਨਾ, ਤੁਹਾਡੇ ਭਰਾ ਇਸ ਵੇਲੇ ਵਹਿੰਦੇ ਪਏ ਨੇ ਤੁਹਾਨੂੰ? ਹੈਂ? ਤੁਹਾਡੇ ਭਰਾ ਤੁਹਾਨੂੰ ਵਹਿੰਦੇ ਪਏ ਨੇ, ਉਹਨਾਂ ਨਾਲ ਕੋਈ ਗੱਲ ਕਰੋ। ਕਿੱਥੇ? ਆ ਫੋਟੋਆਂ 'ਚ ਵਹਿੰਦੇ ਪਏ ਨੇ ਤੁਹਾਨੂੰ ਉੱਧਰ। ਬਲਕਾਰ ਸਿੰਘ ਤੇ ਗੁਰਦਿਆਲ ਸਿੰਘ ਤੁਹਾਨੂੰ ਵੇਖਦੇ ਪਏ ਆ। ਵੱਡਾ ਕਰਤਾਰ ਸਿੰਘ? ਹਾਂ ਵੱਡਾ ਕਰਤਾਰ ਵੀ। ਹਾਂ ਬਲਕਾਰ ਤੇ ਗੁਰਦਿਆਲ, ਕਰਤਾਰ ਵੱਡਾ ਤੇ ਦੋ ਦੂਜੇ ਛੋਟੇ ਸਨ। ਤੇ ਤੁਹਾਡੇ ਭਰਾ ਸਨ? ਹਾਂ ਤਿੰਨ ਭਰਾ। ਇਹ ਤੁਹਾਨੂੰ ਦੇਖਦੇ ਪਏ ਇਸ ਵੇਲੇ? ਇਹਨਾਂ ਨਾਲ ਕੋਈ ਗੱਲਬਾਤ ਆਪਦਾ ਸੁਨੇਹਾ ਦੇਣਾ ਤੇ ਬੋਲੋ ਵਗ ਜਾਏ ਦੀ ਉੱਧਰ। ਸੁਣਦੇ ਪਏ ਆ ਤੁਹਾਨੂੰ? ਅੱਛਾ ਹਾਂ ਵਹਿੰਦੇ ਪਏ ਨੇ ਉੱਧਰ, ਵਹਿੰਦੇ ਪਏ ਨੇ ਉੱਧਰ, ਜਾ ਰਹੀ ਹੈ ਤੁਹਾਡੀ ਫੋਟੋ। ਵੀਰ ਖੈਰ ਮੇਰੇ, ਤੁਸੀਂ ਆਪਦੀ ਖੈਰ ਮੇਰੇ ਸੁਨੇ ਭੇਜੋ, ਸਾਡੀ ਖੈਰ ਮੇਰੇ ਉਹਨਾਂ ਦੇ ਵਿੱਚ ਪਿੰਡ ਪਹਿਲੀ ਤਾਂ ਨਹੀਂ ਆਖਣੀ ਇੰਨੀ ਮੈਨੂੰ ਮਿਲੀ ਉਂਝ। ਹਾਲ ਹਾਲ ਕੋਈ ਦੱਸੋ ਆਪਣਾ ਤੇ ਉਹਨਾਂ ਨੂੰ ਕੋਈ ਸੱਦਾ ਦੇਣਾ ਤਾਂ ਦਿਓ, ਸੁਨੇਹਾ ਕੋਈ ਸੁਨੇਹਾ ਦਿਓ ਉਹਨਾਂ ਨੂੰ, ਮਿਲ ਜਾਣ ਤੁਹਾਨੂੰ। ਸੁਨੇਹਾ ਇਹੀ ਹੋਈ ਹੈ ਵੀ ਮੈਂ ਇੰਨਾ ਚਿਰ ਹੋ ਗਿਆ ਮੈਨੂੰ ਇਹ ਕਿਹੜਾ ਮਿਲਿਓ। ਬਾਬਾ ਜੀ ਆਪਣੇ ਭਰਾਵਾਂ ਨੂੰ ਮਿਲਣਾ ਚਾਹੁੰਦੇ ਹੋ? ਕਿੰਨਾ ਚਿਰ ਹੋ ਗਿਆ ਮਿਲਿਆ? 70 ਵਰੇ ਹੋ ਗਏ? 70 ਵਰਿਆਂ ਤੋਂ ਜ਼ਿਆਦਾ ਹੋ ਗਿਆ ਮਿਲਿਆ? 70? ਹਾਂ ਪਤਾ ਨਹੀਂ, ਮੈਨੂੰ ਨਹੀਂ, ਮੈਂ ਕੂੜ ਮਾਰੀ ਜਾਵਾਂ। ਅੱਛਾ 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 ਜੀ, ਹੋ ਗਿਆ ਸਾਲ ਹੋ ਗਏ ਨੇ? ਬੜੇ ਸਾਲ ਹੋ ਗਏ। ਨਹੀਂ ਮਗਰ ਸਾਲ ਹੀ ਹੋਏ ਨੇ, ਪਤਾ ਨਹੀਂ ਕਿੰਨੇ ਸਾਲ। ਆ ਪਰਮਾ ਕਿਠਾ ਕੇ ਕਿਹੜਾ ਮੈਨੂੰ ਆਣ ਕੇ ਮਿਲੋ ਤਾਂ ਸਹੀ, ਇੱਕ ਵਾਰੀ ਮਿਲੋ ਤਾਂ ਸਹੀ। ਹਾਂ ਮਿਲੀਏ ਭਰਾ ਭਰਾ, ਆਉਂਦੇ ਜਾਂਦੇ ਰਹਾਂਗੇ, ਆਉਂਦੇ ਜਾਂਦੇ ਰਹਾਂਗੇ ਜੀ, ਆਉਂਦੇ ਜਾਂਦੇ।
ਬਾਬਾ ਸ਼ੇਰ ਮੁਹੰਮਦ ਜਿਨ੍ਹਾਂ ਦਾ ਪਹਿਲੇ ਨਾਂ ਸ਼ੇਰ ਸਿੰਘ ਸੀ, ਇਹਨਾਂ ਦੇ ਤਿੰਨ ਭਰਾ ਉੱਥੇ ਰਹਿ ਗਏ ਸੀ, ਕਰਤਾਰ ਸਿੰਘ ਪਰਦੇਸ ਮਿਲੇ ਬਾਦਸ਼ਾਹੀ ਚ ਦਿਲ ਵਸਣਾ ਨੂੰ ਤਾਂਗੇ ਹਾਏ 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 ਮਿਲੋ ਮੈਨੂੰ ਮੇਰੇ ਕੋਲ ਆਵਿਆ ਜਾਵਿਆ ਕਰੋ ਮੈਂ ਵੀ ਆਵਾਂ ਜਾਵਾਂਗਾ ਮੇਰੇ ਕੋਲ ਆਇਆ ਜਾਇਆ ਕਰੋ ਮੈਂ ਵੀ ਆਵਾਂ ਜਾਵਾਂਗਾ ਖੁਦਾ ਦਾ ਹੁਕਮ ਆਉਣਾ ਸੀ ਅੱਲਾ ਦਾ ਹੋ ਗਿਆ ਹੋਰ ਕੋਈ ਪਤਾ ਸੀ ਵੀ ਅਸੀਂ ਨਿਖੜਨਾ ਹੈ ਦੇਸ ਗਿਆ ਮਿਲੇ ਬਾਦਸ਼ਾਹੀ ਤੇ ਦਿਲ ਵਤਨਾਂ ਨੂੰ ਤਾਂਗੇ ਵਤਨ ਜਿਹੜਾ ਮਾਣ ਹੁੰਦਾ ਹੈ ਅੱਲਾ ਸੱਚਿਆ ਖੇੜਾ ਰੱਖੀ ਲੇਕਿਨ ਮਿਲਾਇਆ ਸਾਰਿਆਂ ਨੂੰ ਅੱਲਾ ਸੱਚਿਆ ਖੈਰ ਘਰ ਰਾਮ ਕਰ ਫਜਲ ਕਰ